ਕੇ ਤੇਰੇ ਵਰਗੇ ਬੰਦੇ ਨਾ ਪ੍ਰਾਹੁਣਾ ਚੜ੍ਹਾਉਣ ਗਏ ਨਾ ਬੱਸ 'ਤੇ ਆਪ ਚੜ੍ਹ ਜਾਂਦੇ, ਪ੍ਰਾਹੁਣਾ ਉੱਥੇ ਖਲੋਤਾ। ਅਸਲਾਮ ਵਾਲੀਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਅਲਬੇਲਾ ਟੀ ਵੀ। ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਪਾਕਿਸਤਾਨ ਦੀ ਸੈਲੈਬ੍ਰਿਟੀ ਨਾਲ ਮੁਲਾਕਾਤ ਕਰਾਵਾਂਗਾ ਜਿਨ੍ਹਾਂ ਨੇ ਥੀਏਟਰ ਦੇ ਵਿੱਚ ਬਹੁਤ ਜਲਦ ਆਪਣਾ ਇੱਕ ਨਾਮ ਬਣਾਇਆ। ਬੜਾ ਪਿਆਰਾ ਇਨਸਾਨ ਹੈ, ਬੜਾ ਅੱਛਾ ਫਨਕਾਰ ਹੈ। ਅੱਜ ਅਸੀਂ ਉਹਨਾਂ ਦੇ ਘਰ ਹੀ ਬੈਠੇ ਹਾਂ, ਚਾਹ 'ਚ ਵੀ ਪੀਤੀ ਹੈ, ਰੋਟੀ ਦਾ ਵੀ ਉਹਨੇ ਕਹਿ ਦਿੱਤਾ ਕਿਸੇ ਨੂੰ। ਬੜੇ ਪਿਆਰੇ ਫਨਕਾਰ ਨੇ ਜਨਾਬ ਰਾਸ਼ਿਦ ਕਮਾਲ ਸਾਹਿਬ, ਅਸਲਾਮ ਵਾਲੀਕੁਮ। ਵਾਲੇਕੁਮ ਸਲਾਮ ਜੀ। ਸਰ ਜੀ, ਸਭ ਤੋਂ ਪਹਿਲੇ ਤਾਂ ਸਲੀਮ ਸਾਹਿਬ, ਅਸੀਂ ਤੁਹਾਡੇ ਬੜੇ ਮਸ਼ਹੂਰ ਹਾਂ ਕਿ ਤੁਸੀਂ ਸਾਨੂੰ ਇਸ ਕਾਬਲ ਸਮਝੇ ਆਪਣੇ ਚੈਨਲ ਵਾਸਤੇ, ਆਪਣੇ ਟੀ ਵੀ ਵਾਸਤੇ, ਅਤੇ ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਇੰਨਾ ਸਫ਼ਰ ਕਰਕੇ ਸਾਡੇ ਕੋਲ ਆਏ। ਹਾਲਾਂਕਿ ਅਸੀਂ ਆਪ ਤੁਹਾਡੇ ਕੋਲ ਜਾ ਕੇ ਅਤੇ ਤੁਹਾਨੂੰ ਇੰਟਰਵਿਊ ਦੇਣਾ ਪਸੰਦ ਕਰਦੇ ਸੀ, ਲੇਕਿਨ ਤੁਹਾਡੀ ਮਿਹਰਬਾਨੀ, ਤੁਸੀਂ ਆਪ ਖੁਦ ਆਏ, ਤੁਹਾਡੀ ਮਿਹਰਬਾਨੀ। ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ ਹੈ, ਵੀ ਮੇਰਾ ਆਪਣਾ ਘਰ ਹੈ। ਮਾਸ਼ਾਅੱਲਾ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਹਾਨੂੰ ਪਤਾ ਹੋਏਗਾ ਕਿ ਤੁਸੀਂ ਮੇਰੇ ਨਾਲ ਹੀ ਆਪਣੇ ਫਨ ਦਾ ਆਗਾਜ਼ ਕੀਤਾ ਸੀ। ਉਦੋਂ ਮੈਂ ਕਰ ਰਿਹਾ ਸਾਂ ਅਤੇ ਤੁਸੀਂ ਨਵੇਂ ਨਵੇਂ ਹੋਏ ਸੀ, ਅਤੇ ਤੁਸੀਂ ਮੈਨੂੰ ਕਹਿੰਦੇ ਭਾਅ ਜੀ ਮੈਂ ਜੁਗਤ ਕਰ ਲਵਾਂ। ਔਰ ਬਿਲਕੁਲ, ਤੁਸੀਂ ਯਕੀਨ ਕਰੋ, ਜਿਹੜੇ ਲੋਕ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਦੱਸਣਾ ਜ਼ਰੂਰੀ ਸਮਝਾਂਗਾ ਕਿ ਜਿਹੜਾ ਮੇਰਾ ਪਹਿਲਾ ਡਰਾਮਾ ਫੈਸਲਾਬਾਦ ਦੇ ਵਿੱਚ ਹੋਇਆ ਸੀ, ਉਹ 'ਚ ਸਲੀਮ ਸਾਹਿਬ ਦਾ ਜਿਹੜਾ ਰੋਲ ਸੀ ਹਕੀਮ ਦਾ ਸੀ, ਅਤੇ ਇਹਨਾਂ ਦੇ ਮੁਖਾਲਫ ਜਿਹੜਾ ਸੀ ਨਾ, ਇੱਕ ਵਾਜਿਆਂ ਵਾਲੀ ਦੁਕਾਨ ਸੀ, ਉਹ ਵਾਜਿਆਂ ਵਾਲੀ ਦੁਕਾਨ ਦਾ ਸ਼ਾਗਿਰਦ ਮੈਂ ਸੀ, ਅਤੇ ਮੈਨੂੰ ਜਿਹੜੇ ਮੇਰੇ ਦੂਸਰੇ ਸੀਨੀਅਰ ਸੀ ਨਾ, ਮੈਨੂੰ ਗੱਲ ਨਹੀਂ ਸੀ ਕਰਨ ਦਿੰਦੇ। ਮੈਂ ਇਹਨਾਂ ਨੂੰ ਕਹਿਣਾ, ਮੈਂ ਸਲੀਮ ਸਾਹਿਬ ਤੁਹਾਡੀ ਮਿਹਰਬਾਨੀ, ਮੈਨੂੰ ਮਾੜਾ ਜਿਹਾ ਉਹਨਾਂ ਨੇ, ਇਹਨਾਂ ਨੇ ਮੈਨੂੰ ਯਕੀਨ ਕਰੋ ਪੁਸ਼ ਕੀਤਾ ਕਿ ਯਾਰ ਕਰ ਗੱਲ, ਕੋਈ ਨਹੀਂ ਤੂੰ ਕਰ, ਮੈਨੂੰ ਕਰ ਗੱਲ ਕਰ। ਨਹੀਂ ਨਹੀਂ, ਨਜ਼ਰ ਆ ਰਿਹਾ ਸੀ ਟੈਲੈਂਟ ਕਿ ਇਨਸ਼ਾਅੱਲਾ ਤਾਲਾ ਇਹ ਇੱਕ ਦਿਨ ਆਏਗਾ, ਜ਼ਾਹਰ ਹੈ ਅਸੀਂ ਵੀ ਇਸ ਤਰ੍ਹਾਂ ਹੀ ਆਏ ਹਾਂ। ਬਿਲਕੁਲ, ਅਤੇ ਹੁਣ ਜਿਹੜੇ ਆਉਣ ਵਾਲੇ ਸਾਡੇ ਫਨਕਾਰ ਨੇ, ਉਹਨਾਂ ਨੇ ਵੀ ਇਸ ਤਰ੍ਹਾਂ ਹੀ ਆਉਣਾ। ਬਿਲਕੁਲ ਜੀ, ਅਤੇ ਸਟਰਗਲ ਕਰਨੀ ਪੈਂਦੀ ਹੈ, ਇਸ ਮਤਲਬ ਕੜੇ 'ਚੋਂ ਲੰਘਣਾ ਹੀ ਪੈਣਾ। ਅਗਰ ਤੁਹਾਡੇ ਅੰਦਰ ਸਲਾਹੀਅਤ ਹੈਗੀ ਹੈ ਤਾਂ ਤੁਸੀਂ ਹਿੱਟ ਹੋ ਜਾਓਗੇ, ਨਹੀਂ ਤਾਂ 20-20 ਸਾਲ ਹੋ ਗਏ ਬੰਦੇ ਉੱਥੇ ਫਿਰ ਰਹੇ ਵਿਚਾਰੇ। ਬਿਲਕੁਲ ਨਹੀਂ, ਇਹ ਤੁਹਾਡਾ ਵੱਡਾ ਮਨ ਇਹ ਸੀ ਕਿ ਤੁਸੀਂ ਜਗ੍ਹਾ ਦਿੱਤੀ ਫਨਕਾਰ ਨੂੰ ਗੱਲ ਕਰਨ ਦੀ, ਉਹਨੂੰ ਅੱਗੇ ਲੰਘਣ ਦਾ। ਨਹੀਂ ਦਿੰਦੇ ਅੱਗੇ ਲੰਘਣ ਦਾ ਰਸਤਾ, ਵੀ ਤੂੰ ਜਿੰ ਬੰਦੇ ਦਾ ਦਿਮਾਗ ਹੀ ਨਹੀਂ ਖੁੱਲ੍ਹਣ ਦਿੰਦੇ। ਹਾਂ, ਜਾਣੀ ਉਹਨੂੰ ਡਰਾ ਹੀ ਇੰਨਾ ਦਿੰਦੇ, ਓਏ ਤੂੰ, ਤੈਨੂੰ ਨਹੀਂ ਪਤਾ ਤੂੰ ਲਾਹੌਰ ਆਇਆ, ਓਏ ਤੌਬਾ ਕਰ, ਲਾਹੌਰ ਕਿਤੇ ਐਵੇਂ ਨਹੀਂ ਬੰਦਾ ਸੈੱਟ ਹੁੰਦਾ। ਆਹੋ, ਜਾਣੀ ਇੰਨਾ ਕੁ ਬੰਦੇ ਨੂੰ ਡਰਾ ਦੇਣਾ, ਉਹਦੇ ਦਿਮਾਗ ਦੇ ਵਿੱਚ ਜਿਹੜਾ ਕੰਮ ਹੈ ਨਾ, ਉਹ ਦਿਮਾਗ 'ਚ ਹੀ ਹੈ। ਮੈਨੂੰ ਵੀ ਕਹਿੰਦੇ ਸੀ, ਕਹਿੰਦੇ ਸਲੀਮ ਸਾਹਿਬ ਤੁਸੀਂ ਫਨਕਾਰ ਬਹੁਤ ਅੱਛੇ ਹੋ, ਲੇਕਿਨ ਤੁਹਾਡੇ ਨਾ ਤੀਸਰੀ ਸੀਟ ਤੋਂ ਪਿੱਛੇ ਆਵਾਜ਼ ਨਹੀਂ ਜਾਂਦੀ। ਉਹ ਮਾਲਕ ਨੇ ਇੱਕ ਐਸਾ ਕਰਮ ਕੀਤਾ ਕਿ ਪੂਰੀ ਦੁਨੀਆ ਦੀ ਆਵਾਜ਼ ਜਾ ਰਹੀ। ਵਾਹ ਜੀ ਵਾਹ, ਇਸ ਤਰ੍ਹਾਂ ਦਾ ਵਾਕਈ। ਔਰ ਤੁਹਾਡੀ ਵਜ੍ਹਾ ਨਾਲ ਯਕੀਨ ਕਰੋ, ਲੋਕ ਜਿਹੜੇ ਪਿੱਛੇ ਬਹਿ ਕੇ ਡਰਾਮਾ ਵੇਖਦੇ ਸੀ ਨਾ, ਉਹ ਸਗੋਂ ਪਾਰਟੀ ਨੂੰ ਫਾਇਦਾ ਹੁੰਦਾ ਸੀ ਕਿ ਯਾਰ ਲੋਕ ਅੱਗੇ ਬਹਿੰਦੇ ਸੀ ਕਿ ਯਾਰ ਇਹਨਾਂ ਦੀ ਗੱਲ ਸੁਣਨੀ ਹੈ। ਲੋਕ ਤੁਹਾਨੂੰ ਪਸੰਦ ਕਰਦੇ ਨੇ, ਅਸੀਂ ਆਪ ਤੁਹਾਡਾ ਯਕੀਨ ਕਰ ਤੁਹਾਨੂੰ ਫੋਲੋ ਕਰੀਦਾ। ਤੁਹਾਡਾ ਕੰਮ ਇਸ ਤਰ੍ਹਾਂ ਦਾ ਸੀ, ਮੇਰੇ ਨਾਲ ਤੁਸੀਂ ਸਾਹੀਵਾਲ ਵੀ ਕੀਤਾ, ਉਕਾੜੇ ਵੀ ਕੀਤਾ। ਜੀ ਜੀ ਜੀ। ਔਰ ਤੁਸੀਂ ਵਾਹਦ ਫਨਕਾਰ ਹੋ ਸੀ ਸਲੀਮ ਸਾਹਿਬ ਕਿ ਜਿਹੜੀ ਅੱਗੋਂ ਜਿਹੜੀ ਗੱਲ ਜਿਹੜੀ ਫੌਰੀ ਜਿਹੜਾ ਬੰਦਾ ਗੱਲ ਕਰਦਾ ਨਾ, ਉਹ ਸਲੀਮ ਸਾਹਿਬ ਤੁਸੀਂ। ਨਹੀਂ ਤਾਂ ਫੌਰੀ ਗੱਲ ਕੋਈ ਫਨਕਾਰ ਨਹੀਂ ਕਰਦਾ, ਉਹ ਮਿੱਥੀਆਂ ਜਾਂ ਯਾਦ ਕੀਤੀਆਂ ਗੱਲਾਂ ਕਰਦਾ ਵਾ, ਅਤੇ ਕੋਈ ਫਨਕਾਰ ਨੇ ਜਿਹੜੇ ਜਿਹੜਾ ਫੌਰੀ ਅੱਗੋਂ ਦੁੱਸਰ ਜਿਹੜੀ ਆ ਨਾ, ਉਹ ਤੁਹਾਡੇ ਕੋਲੋਂ ਹੀ ਅਸੀਂ ਆਜ਼ਾਦ ਹੋਈਏ, ਤੁਹਾਡੇ ਕੋਲ ਹੀ ਸੁਣੀ ਆ। ਨਹੀਂ, ਇਹਦੇ 'ਚ ਸਾਡਾ ਕੋਈ ਕਮਾਲ ਨਹੀਂ, ਮਾਲਕ ਦਾ ਵਾ, ਕਿਉਂਕਿ ਗੋਡ ਗਿਫਟਡ ਹੈਗਾ ਦੁਨੀਆ ਦੇ ਉੱਤੇ। ਜਦੋਂ ਫਨਕਾਰ ਆਉਂਦੇ ਨੇ, ਅੱਲਾ ਪਾਕ ਵੱਲੋਂ ਹੀ ਹੁੰਦੇ ਨੇ ਉਹ, ਮਤਲਬ ਸਾਰਾ ਕੁਛ, ਬਾਕੀ ਗਿਣੀਆਂ ਸਿੱਖੀਆਂ ਗੱਲਾਂ ਅਤੇ ਉਹ ਫਿਰ ਅਰਸਾ ਦਰਾਜ਼ ਨਹੀਂ ਨਾ ਚੱਲਦੀਆਂ, ਸਦਾ ਬਾਹਰ ਨਹੀਂ ਹੁੰਦਾ ਕੰਮ। ਹਾਂਜੀ ਹਾਂਜੀ, ਬਸ ਉਹ ਬਸ ਇੱਕ ਟਾਈਮ ਹੁੰਦਾ, ਮੌਸਮ ਹੁੰਦਾ, ਗੁਜ਼ਰ ਜਾਂਦਾ ਵਾ। ਅਤੇ ਅਸੀਂ ਅਮਾਨੁੱਲਾ ਸਾਹਿਬ ਨੂੰ ਫੋਲੋ ਕੀਤਾ, ਅਲਬੇਲਾ ਸਾਹਿਬ ਨੂੰ ਫੋਲੋ ਕੀਤਾ, ਬਲਕਿ ਉਹਨਾਂ ਦੀ ਸ਼ਾਗਿਰਦੀ ਕੀਤੀ ਹੈ। ਅਮਾਨੁੱਲਾ ਇੱਕ ਐਸਾ ਦਰਖਤ ਹੈ ਕਿ ਉਹਦੀ ਛਾਂ 'ਚ ਸਾਰੇ ਬੈਠੇ ਨੇ ਅੱਜ, ਜਿਹੜਾ ਵੀ ਮਤਲਬ ਦੁਨੀਆ ਦੇ ਜਿੱਥੇ ਜਿੱਥੇ ਥੀਏਟਰ ਹੋ ਰਿਹਾ ਉਹਨਾਂ ਦੀ ਜੁੱਤੀਆਂ ਦਾ ਸਦਕਾ। ਬਿਲਕੁਲ ਬਿਲਕੁਲ, ਉਹਨਾਂ ਨੇ ਸਾਨੂੰ ਸਾਰੀਆਂ ਲਾਈਨਾਂ ਦਿੱਤੀਆਂ ਨੇ ਕਿ ਯਾਰ ਇਹ ਗੁਰਬਤ 'ਤੇ ਵੀ ਗੱਲਾਂ ਹੋ ਸਕਦੀਆਂ ਨੇ, ਯਾਨੀ ਕਿ ਬੰਦਾ ਅਮੀਰ ਹੋ ਗਿਆ ਤਾਂ ਅਮੀਰ ਵੀ ਉਹ ਐਸਾ ਬਣੇ ਨੇ ਕਿ ਉਹਨਾਂ ਨੇ ਅੱਗੋਂ ਕਿੰਨੇ ਰਾਸਤੇ ਬਣਾ ਤੇ ਇੱਕ ਇੱਕ ਗੱਲ ਦੇ। ਹਾਂਜੀ, ਉਹਨਾਂ ਦਾ ਮੁਸ਼ਾਹਿਦਾ ਬੜਾ, ਉਹਨਾਂ ਨੇ ਕਲਚਰ ਪੇਸ਼ ਕੀਤਾ ਕਿ ਗਰੀਬ ਘਰ 'ਚ ਕੀ ਹੁੰਦਾ, ਅਮੀਰ 'ਚ ਕੀ ਹੁੰਦਾ, ਅਤੇ ਇਹ ਬੜਾ ਹੋ ਗਿਆ ਸੀਰੀਅਸ ਗੁਫ਼ਤਗੂ। ਹਾਂਜੀ, ਬੜਾ ਤੁਹਾਡਾ ਨਾਨੀ ਵਰਗਾ ਮੂੰਹ ਹੋ ਗਿਆ ਅੱਗੋਂ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੁਸੀਂ ਇਹ ਜਿਹੜਾ ਪਿਆਰ ਕਰ ਰਹੇ ਹੋ, ਮੇਰਾ ਹੁਣ ਮੇਰਾ ਦਿਲ ਨਹੀਂ ਕਰਦਾ ਤੁਹਾਨੂੰ ਗੱਲ ਕਰਾਂ। ਤੁਸੀਂ ਕਰਨੀ ਹੈ ਖੁਦਾ ਦੀ, ਕਿਉਂਕਿ ਤੁਹਾਡੀ ਬਣਦੀ ਹੈ ਵਾ, ਲੇਕਿਨ ਮੈਂ ਕਰ ਨਹੀਂ ਰਿਹਾ। ਅਤੇ ਤੁਸੀਂ ਫਨ ਦਾ ਆਗਾਜ਼ ਅਤੇ ਫੈਸਲਾਬਾਦ ਤੋਂ ਹੀ ਕੀਤਾ? ਮੈਂ ਇਸ ਤੋਂ ਪਹਿਲੇ ਕੀ ਕਰਦੇ ਸੀ? ਇਸ ਤੋਂ ਪਹਿਲੇ ਮੈਂ ਆਪਣੇ ਘਰਦਿਆਂ ਨੂੰ ਤੰਗ ਕਰਦਾ ਸੀ, ਯਾਨੀ ਕੋਈ ਕੰਮ ਨਹੀਂ, ਮਤਲਬ ਉਹਨਾਂ ਦੀ ਬਦਦੁਆ ਨਾ,
ਉਹਨਾਂ ਦੀ ਬਦਵਾ ਬਦਵਾ ਜਿਹੜੀ ਸੀ ਉਹ ਆਸਤਾ ਆਸਤਾ ਜਦੋਂ ਦਵਾਵਾਂ ਦੇ ਵਿੱਚ ਬਦਲੀ ਹੈ ਨਾ ਤਾਂ ਫਿਰ ਉਹ ਜਾ ਕੇ ਅੱਗੇ ਕੰਮ ਤੁਰਿਆ। ਨਹੀਂ ਰਾਸ਼ਦ ਵੈਸੇ ਅੱਗੇ ਨਾਲੋਂ ਜਿਸ ਤਰ੍ਹਾਂ ਇੱਕ ਬੰਦੇ ਨੂੰ ਮਤਲਬ ਅੱਲਾ ਇੱਜ਼ਤ ਦਿੰਦਾ ਨਾ, ਖੂਬਸੂਰਤੀ ਵੀ ਪੈਦਾ ਹੁੰਦੀ ਜਾਂਦੀ ਪੈਸੇ ਦੇ ਨਾਲ ਨਾਲ ਇੱਜ਼ਤ ਦੇ ਨਾਲ ਨਾਲ। ਹੁਣ ਤੂੰ ਸੋਹਣਾ ਹੋ ਗਿਆ, ਨਹੀਂ ਤਾਂ ਮਾਨਾ ਜਦੋਂ ਤੂੰ ਨਵਾਂ ਨਵਾਂ ਆਇਆ ਸੀ ਇੰਝ ਲੱਗਦਾ ਗਰੀਬ ਆਦਮੀ ਦੇ ਲੱਕ 'ਚ ਖੁਰਕ ਕੀਤੀ ਹੁੰਦੀ। ਔਰ ਤੁਸੀਂ ਵੀ ਚੰਗਾ ਕੀਤਾ ਇਸ ਫੀਲਡ 'ਚ ਆ ਗਏ, ਨਹੀਂ ਤਾਂ ਯਕੀਨ ਕਰੋ ਤੁਹਾਡੀ ਵੀ ਸਾਰੀ ਜ਼ਿੰਦਗੀ ਮਿੱਠਾ ਘੱਟ ਵੱਧ 'ਚ ਲੰਘ ਜਾਣੀ। ਨਹੀਂ ਤਾਂ ਤੁਸੀਂ ਮੈਨੂੰ ਪਤਾ ਲੱਗਾ ਕਿ ਪਹਿਲੇ ਸਿਲਵੇ ਸਤਾਰੇ ਦਾ ਕੰਮ ਕਰਦੇ ਸੀ। ਹਾਂਜੀ, ਮੈਨੂੰ ਤੁਹਾਡਾ ਪਤਾ ਲੱਗਾ ਤੁਸੀਂ ਚਾਹ ਦਾ ਕੰਮ ਕਰਦੇ ਸੀਗੇ। ਆਹੋ, ਚਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ, ਰਾਹ ਪਿਆ ਜਾਣੇ। ਕਹਿੰਦੇ ਜਿਹੜਾ ਵੀ ਤੁਹਾਡੀ ਦੁਕਾਨ 'ਤੇ ਮਹਿਮਾਨ ਆਉਂਦਾ ਤਾਂ ਪਹਿਲੇ ਤੁਹਾਨੂੰ ਆਵਾਜ਼ ਮਾਰ ਕੇ ਕਹਿੰਦਾ ਯਾਰਾ ਸਾਫ਼ ਹੀ ਮਾਰੀ ਜਰਾ। ਅੱਛਾ, ਮੈਨੂੰ ਕਹਿੰਦੇ ਹੁੰਦੇ ਸੀ ਆ ਕੇ ਜੀ ਉਹ ਭਾਈ ਸਿਲਮੇ ਸਤਾਰੇ ਵਾਲਾ ਨਹੀਂ, ਉਹ ਕਹਿੰਦਾ ਜੀ ਦੋ ਚਾਵਾਂ ਭੇਜ ਦਿਓ। ਮੈਂ ਕਿਹਾ ਮੈਂ ਨਹੀਂ ਭੇਜਣੀ ਆ, ਉਹ ਕੱਪ ਗਵਾ ਦਿੰਦਾ। ਅੱਛਾ, ਜਿਹੜੇ ਬੰਦੇ ਕੱਪ ਚਾਹ ਦੇ ਪੈਸੇ ਨਹੀਂ ਨਾ ਦਿੰਦੇ, ਇਹਨਾਂ ਦੀ ਕੋਸ਼ਿਸ਼ ਹੁੰਦੀ ਇਹਨੂੰ ਟੁੱਟਿਆ ਕੱਪ ਦੇਈਏ ਯਾਰ, ਜਿਹੜਾ ਨਾ ਵੀ ਦੇਵੇ ਵਾਪਸ ਕੋਈ ਨਹੀਂ। ਅੱਛਾ, ਤੇਰੇ ਵਰਗੇ ਬੰਦੇ ਨੂੰ ਮੈਂ ਨਾ ਮਲਾਈ ਘੱਟ ਪਾ ਕੇ ਦੇਣਾ ਸੀ। ਅੱਛਾ, ਫਾਇਦਾ ਕੋਈ ਨਹੀਂ, ਰੂਪ 'ਤੇ ਆਉਣਾ ਕੋਈ। ਔਰ ਮਲਾਈ ਤੁਹਾਡੀ ਦੁਕਾਨ 'ਤੇ ਹੁੰਦੀ ਨਹੀਂ ਸੀ, ਤੁਸੀਂ ਜਿੰਨਾ ਦੁੱਧ ਨਾਲ ਜੋ ਬੁਰਾ ਹਾਲ ਉਹਦਾ ਕੀਤਾ ਹੁੰਦਾ, ਉਹਦੇ 'ਚ ਮਲਾਈ ਮਲੂਈ ਵਾਲਾ ਕੋਈ ਚੱਕਰ ਨਹੀਂ ਹੁੰਦਾ। ਤੁਹਾਨੂੰ ਚਾਹ ਚੜ ਜਾਂਦੇ ਜਦੋਂ ਤੁਹਾਡੀ ਚਾਹ ਦੇ ਉੱਤੇ ਮਲਾਈ ਆਉਂਦੀ ਸੀ ਬਰੀਕ ਜੀ ਪਤਲੀ ਜੀ, ਉਹਦੇ ਚਾਹ ਚੜ ਜਾਂਦੇ ਸੀ ਵੀ ਨਹੀਂ ਦੁੱਧ ਸਹੀ ਹੈ। ਅੱਛਾ, ਇੱਕ ਬੰਦਾ ਮੈਨੂੰ ਕਹਿੰਦਾ ਕਹਿੰਦਾ ਭਾਈ ਤੁਹਾਡੀ ਦੁਕਾਨ ਛੋਟੀ ਜਿਹੀ ਸੀਗੀ, ਐਵੇਂ ਮਤਲਬ 4 ਕੱਪ ਨੇ ਅਤੇ 2 ਚੈਨਕਾਂ ਨੇ, ਤੁਹਾਨੂੰ 20 ਚਾਵਾਂ ਦਾ ਆਰਡਰ ਆ ਜਾਣਾ ਅਤੇ ਤੁਸੀਂ ਸਿਰ ਫੜ ਲੈਂਦੇ ਕਿ ਕਾਸ਼ ਆ ਜੀ ਮੇਰੇ ਕੋਲ ਕੱਪ ਹੁੰਦੇ, ਇਹ ਮੇਰਾ ਆਰਡਰ ਨਾ ਜਾਂਦਾ, ਇਹ ਸਾਰੇ ਕੱਪਾਂ 'ਚ ਪਾ ਕੇ ਦੇਵਾਂਗਾ। ਅਤੇ ਮਤਲਬ ਸਿਲਮੇ ਸਤਾਰੇ ਤੋਂ ਇੱਕ ਸੁਪਰ ਸਟਾਰ ਬਣਨਾ ਕੈਸਾ ਲੱਗਾ? ਇਹ ਬਸ ਅੱਲਾ ਨੇ ਬੜਾ ਕਰਮ ਕੀਤਾ। ਮੈਂ ਉਹ ਕੰਮ ਜਿਹੜਾ ਮੈਂ ਕਰਦਾ ਸੀ ਨਾ ਆਪਣਾ ਸਿਲਮੇ ਸਤਾਰੇ ਦਾ, ਉਹ ਕੰਮ ਦੇ ਵਿੱਚ ਨਾ ਮਗਰਬ ਟਾਈਮ ਬ੍ਰੇਕ ਹੁੰਦੀ ਸੀ, ਯਾਨੀ 2-4-10 ਮਿੰਟ ਦੀ। ਹਾਂਜੀ, ਮੈਂ ਨਾ ਯਕੀਨ ਕਰੋ ਅਜ਼ਾਨ ਜਦੋਂ ਸੁਣਨੀ ਨਾ ਅਤੇ ਸੁਣ ਕੇ ਦੁਆ ਕਰਨੀ, ਮੈਂ ਕਹਿੰਦਾ ਯਾ ਅੱਲਾ ਮੈਂ ਮੇਰੇ ਅੰਦਰ ਨਾ ਕੋਈ ਹੋਰ ਚੀਜ਼ ਆ, ਲੇਕਿਨ ਮੈਂ ਮਜਬੂਰੀ ਨੂੰ ਕਰ ਰਿਹਾ ਸਾਰਾ ਕੁਛ, ਹਾਏ ਹਾਏ, ਯਾਨੀ ਉਹ ਕੰਮ ਮੈਂ ਕਰ ਰਿਹਾ ਸੀ ਲੇਕਿਨ ਮੇਰੇ ਅੰਦਰਲਾ ਨਹੀਂ ਸੀ ਮੰਨ ਰਿਹਾ ਕਿ ਮੈਂ ਕੰਮ ਕਰਨਾ ਵਾਂ। ਲੇਕਿਨ ਇਹ ਦੇਖੋ ਕਿ ਸਾਡਾ ਰੱਬ ਕਿੱਡਾ ਸੱਚਾ, ਅਗਰ ਨੇਕ ਨੀਤੀ ਦੇ ਨਾਲ ਤੁਸੀਂ ਕੋਈ ਵੀ ਅੱਛਾ ਕੰਮ ਕਰੋਗੇ ਤਾਂ ਅੱਲਾ ਪਾਕ ਉਹ 'ਚ ਬਰਕਤ ਪਾ ਦਿੰਦਾ, ਵਾ ਉਹ ਫਨ ਹੈ ਜਾਂ ਮਤਲਬ ਅੱਛਾ ਬਿਜ਼ਨਸ ਵੀ ਬਣਨਾ ਤੁਸੀਂ, ਮਤਲਬ ਉਹਦੇ ਵਿੱਚ ਤੁਹਾਡੀ ਅੱਛਾਈ ਬਹੁਤ ਸ਼ਾਮਿਲ ਹੋਣੀ ਚਾਹੀਦੀ। ਬੇਸ਼ੱਕ ਕੰਮ ਦੇ ਨਾਲ ਨਾਲ ਕੋਈ ਐਜੂਕੇਸ਼ਨ ਸਕੂਲ ਵੀ ਗਏ ਹੋ ਜਾਂ ਨਹੀਂ? ਸਕੂਲ ਮੇਰੇ ਵਾਲਦ ਸਾਹਿਬ ਮੈਨੂੰ ਬੜਾ ਛੱਡ ਕੇ ਆਏ ਨੇ, ਇੱਧਰੋਂ ਗੇਟ 'ਚੋਂ ਵਾੜਦੇ ਸੀ ਅਤੇ ਮੈਂ ਪਰਲੇ ਗੇਟ 'ਚੋਂ ਨਿਕਲ ਜਾਂਦਾ ਸੀ। ਯਾਰ ਨਹੀਂ, ਮੈਂ ਯਕੀਨ ਕਰੋ ਮੈਂ ਅੱਗੇ ਅੱਗੇ ਹੁੰਦਾ ਸੀ, ਤਲੀਮ ਮੇਰੀ ਪਿੱਛੇ ਪਿੱਛੇ ਹੁੰਦੀ ਸੀ ਯਾਰ ਪੜ੍ਹ ਲਾ ਲੇਕਿਨ ਮੈਂ ਇਹਦੇ ਤੋਂ ਯਕੀਨ ਕਰੋ ਬਾਗ ਹੀ ਰਿਹਾ, ਮੈਨੂੰ ਕੋਈ ਵੀ ਚੀਜ਼ ਯਾਦ ਹੀ ਨਹੀਂ ਸੀ ਹੁੰਦੀ। ਅੱਛਾ, ਸਕੂਲ 'ਚ ਮਤਲਬ ਦਿਲਚਸਪੀ ਨਹੀਂ ਸੀ? ਦਿਲਚਸਪੀ ਨਹੀਂ ਸੀ ਹੈ ਮੇਰੀ, ਯਾਨੀ ਕਿ 5 ਕਲਾਸ ਤੋਂ ਬਾਅਦ ਨਾ ਜਿਹੜਾ 6ਵੀਂ 7ਵੀਂ ਜਿਹੜੀ ਮੈਂ ਪੜ੍ਹੀ ਆ, ਉਹ ਮੈਂ ਤੰਗ ਹੋ ਕੇ ਪੜ੍ਹੀ, ਔਖਿਆਂ ਹੀ ਪੜ੍ਹੀ ਹੈ। ਅਤੇ ਸਕੂਲ 'ਚ ਮਾਰ ਤਾਂ ਬਹੁਤ ਪੈਂਦੀ ਹੋਣੀ? ਬੇਤਹਾਸ਼ਾ, ਤੁਹਾਨੂੰ ਕੀ ਦੱਸਾਂ, ਉਦੋਂ ਉਦੋਂ ਸੋਟੀਆਂ ਦਾ ਰਿਵਾਜ਼ ਸੀਗਾ ਵੀ ਮਾਰਦੇ ਸੀ ਸੋਟੀਆਂ, ਮੈਂ ਪਹਿਲੇ ਸੁਣੀਆਂ ਸੀ ਲੇਕਿਨ ਉਹਨਾਂ ਨੇ ਯਕੀਨ ਕਰੋ ਸਰਦੀ ਦੇ ਵਿੱਚ ਵੀ ਮਾਰਨੀਆਂ ਸੋਟੀਆਂ। ਹਾਏ ਹਾਏ, ਫਿਰ ਮੈਨੂੰ ਇੰਨਾ ਮੈਂ ਸਿੱਖ ਗਿਆ ਕਿ ਜਦੋਂ ਮੇਰੇ ਸੋਟੀ ਵੱਜਣੀ ਹੈ ਨਾ ਤਾਂ ਮੈਂ ਸੋਟੀ ਨੂੰ ਜਿਹੜਾ ਵਾ ਕਿਸ ਤਰ੍ਹਾਂ ਉਹਨਾਂ ਉਹ ਮੇਰੇ ਵੱਜਣੀ ਵੀ ਹੈ ਤਾਂ ਮੈਂ 60 ਘੱਟ ਮੈਂ ਕਿੱਦਾਂ ਲਾਉਣੀ ਹੈ, ਅਤੇ ਮੈਂ ਸੋਟੀ ਉੱਥੋਂ ਖਾਣੀ ਨਾ ਜਦੋਂ ਇਹ ਐਂ ਹੱਥ ਥੱਲੇ ਲੈ ਕੇ ਆਉਣਾ, ਉਹਦੇ ਨਾਲ ਹੀ ਲੈ ਕੇ ਆਉਣਾ। ਅਤੇ ਹੁਣ ਤੁਹਾਡੇ ਬੱਚੇ ਪੜ੍ਹ ਰਹੇ ਮਾਸ਼ਾਅੱਲਾ? ਬੱਚਿਆਂ ਨੂੰ ਮੈਂ ਆਪਣੀਆਂ ਜਿਹੜੀਆਂ ਮਿਰਚ ਕਮੀਆਂ ਸੀ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹ ਇਹਨਾਂ ਦੇ ਵਿੱਚ ਨਾ ਹੋਣ, ਕਿਉਂਕਿ ਜਿਹਦੇ ਅਗਰ ਮੈਂ ਆਰਟਿਸਟ ਬਣਨਾ ਹੀ ਸੀ ਜਿਸ ਤਰ੍ਹਾਂ ਮੇਰੀਆਂ ਦੁਆਵਾਂ ਨੇ ਜਾਂ ਜਿਸ ਤਰ੍ਹਾਂ ਮੈਂ ਕੋਸ਼ਿਸ਼ ਕਰ ਰਿਹਾ ਸੀ ਨਾ, ਮੈਂ ਫਨਕਾਰ ਬਣਨਾ ਹੀ ਸੀ, ਲੇਕਿਨ ਅਗਰ ਮੈਂ ਤਲੀਮ ਹਾਸਲ ਕਰਕੇ ਫਨਕਾਰ ਬਣਦਾ ਤਾਂ ਉਹਦੇ ਨਾਲ ਅੱਜ ਮੇਰਾ ਕੋਈ ਹੋਰ ਰੂਪ ਹੋਣਾ ਸੀ। ਹੁਣ ਅਸੀਂ ਗੱਲ ਕਰ ਜ਼ਰੂਰ ਦੇ ਦੀ ਲੇਕਿਨ ਉਹਦੀ ਸਾਨੂੰ ਅਕਲ ਸਮਝ ਜਿਹੜੀ ਉਹ ਪੂਰੀ ਨਹੀਂ ਹੁੰਦੀ, ਅਤੇ ਲਿਹਾਜ਼ਾ ਜਿਹੜੇ ਦੋਸਤ ਆਰਟਿਸਟ ਬਣਨਾ ਚਾਹੁੰਦੇ ਨੇ ਜਾਂ ਜਿਹੜੇ ਫਨਕਾਰ ਬਣਨਾ ਚਾਹੁੰਦੇ, ਉਹ ਸਭ ਤੋਂ ਪਹਿਲੇ ਆਪਣੀ ਤਾਲੀਮ ਜਿਹੜੀ ਮੁਕੰਮਲ ਕਰਨ, ਐਜੂਕੇਸ਼ਨ ਜਦੋਂ ਮੁਕੰਮਲ ਹੋਏਗੀ ਉਸ ਤੋਂ ਬਾਅਦ ਜਦੋਂ ਉਹ ਆਰਟਿਸਟ ਬਣਨਗੇ ਅਤੇ ਇਨਸ਼ਾਅੱਲਾ ਉਹਨਾਂ ਦਾ ਵੈਸੇ ਹੀ ਇੱਕ ਰੈਂਕ ਵੱਧ ਜਾਂਦਾ ਵਾ ਇੱਕ। ਹਾਂਜੀ ਹਾਂਜੀ, ਉਹਨਾਂ ਨੂੰ ਮਾਸ਼ਰੇ 'ਚ ਹਰ ਜਗ੍ਹਾ 'ਤੇ ਇੰਟਰਨੈਸ਼ਨਲ ਜਗ੍ਹਾ 'ਤੇ ਗੱਲਬਾਤ ਕਰਨੀ ਪੈਂਦੀ ਹੈ। ਬਿਲਕੁਲ। ਅੱਛਾ, ਰਾਸ਼ਦ ਕਮਾਲ ਸਾਹਿਬ ਤੁਸੀਂ ਇਹ ਦੱਸੋ, ਰਾਸ਼ਦ ਕਮਾਲ ਤੁਹਾਡਾ ਨਾਂ ਹੈ ਜੀ, ਅਤੇ ਤੁਸੀਂ ਕਿਹਨਾਂ ਦੇ ਸ਼ਾਗਿਰਦ ਹੋਏ ਹੋ? ਮੈਂ ਸਰਦਾਰ ਕਮਾਲ ਸਾਹਿਬ ਨੇ ਜਿਹੜੇ ਮੇਰੇ ਮੈਂ ਉਸਤਾਦ ਨੇ, ਔਰ ਉਸਤਾਦ ਵੀ ਇਸ ਤਰ੍ਹਾਂ ਦੇ ਕਿ ਉਹ ਮੈਂ ਜਦੋਂ ਫੀਲਡ ਦੇ ਵਿੱਚ ਆਇਆ ਨਾ ਮੇਰੇ ਇੱਕ ਰੂਹਾਨੀ ਜਿਹੜੀ ਨਹੀਂ ਇੱਕ ਚੀਜ਼ ਨਾਲ ਮੇਰੇ ਹੁੰਦੀ, ਮੇਰੇ ਇੱਕ ਨਾਮ ਨਾਲ ਨਾ ਬੜਾ ਖੂਬਸੂਰਤ ਅਟੈਚ ਹੋਇਆ, ਰਾਸ਼ਦ ਕਮਾਲ। ਵਾਹ ਵਾਹ ਵਾਹ। ਜਦੋਂ ਮੈਂ ਕਢਾਈ ਦਾ ਕੰਮ ਵੀ ਕਰਦਾ ਸੀ ਨਾ ਤਾਂ ਮੈਂ ਉਦੋਂ ਵੀ ਮੇਰਾ ਨਾਂ ਰਾਸ਼ਦ, ਮੇਰਾ ਦੋਸਤ ਸੀਗਾ ਉਹਨਾਂ ਨੇ ਨਾ ਮੇਰੀ ਨਾਮ ਮੁਕੰਮਲ ਕੀਤਾ, ਉਹਨਾਂ ਕਿਹਾ ਯਾਰ ਤੂੰ ਨਾ ਸਰਦਾਰ ਸਾਹਿਬ ਦਾ ਸ਼ਗਿਰਦ, ਤੂੰ ਤੇਰੀ ਮੁਸ਼ਾਬਤ ਉਹਨਾਂ ਨਾਲ ਮਿਲਦੀ ਹੈ, ਤੇਰੀ ਸ਼ਕਲ ਵੀ ਉਸ ਟਾਈਮ ਮੇਰੀ ਉਹਨਾਂ ਨਾਲ ਮਿਲਦੀ ਸੀ ਜੋ ਉਹ ਸਮਾਰਟ ਸੀ ਉਦੋਂ, ਉਹ ਵੀ ਸਾਡੇ ਵਰਗੇ ਸੀ ਪਹਿਲੇ। ਹਾਂਜੀ ਹਾਂਜੀ, ਨਹੀਂ ਤੁਸੀਂ ਅੱਜ ਵੀ ਉੱਦਾਂ ਦੇ ਜੋ, ਤੁਹਾਨੂੰ ਪਤਾ ਨਹੀਂ ਕਿਹੜੀ ਸ਼ਾਇਦ ਤੁਸੀਂ ਪਤਾ ਨਹੀਂ ਲੀਕ ਹੋ ਕਿ ਤੁਹਾਨੂੰ ਕੋਈ ਸ਼ਾਇਦ ਨਹੀਂ ਲੱਗੀ ਮਾਨ ਨਹੀਂ, ਤੁਹਾਨੂੰ ਬਸ ਸੂਟ ਹੀ ਸੋਹਣਾ ਲੱਗਾ, ਲੱਗੀ ਤੁਹਾਨੂੰ ਵੀ ਕੋਈ ਚੀਜ਼ ਨਹੀਂ, ਜੈਕਟ ਪਾਈ ਤੁਸੀਂ ਅੱਗੇ ਮਾਸਕਟ, ਇਹ ਵੇਸਕੋਟ
ਅਗਰ ਇਹਦੇ 'ਤੇ ਥੋੜ੍ਹਾ ਜਿਹਾ ਸਿਲਮਾ ਸਤਾਰਾ ਵੀ ਲੱਗਾ ਹੁੰਦਾ ਨਾ ਤਾਂ ਕਮਾਲ ਹੋ ਜਾਣਾ। ਵਾਹ ਜੀ ਵਾਹ, ਉਹ ਮੈਂ ਤਾਂ ਨਹੀਂ ਕੀਤਾ, ਮੈਂ ਚਾਹ ਚੂਹ ਪੀਣਾ ਉੱਤੇ ਰੁੜ ਗਈ, ਮੇਰੀ ਤਾਂ ਸਾਰੀ ਬੇਕਾਰ ਹੋ ਗਈ ਨਾ। ਅਤੇ ਤੂੰ ਸਾਈ ਹੈ ਵੀ ਚਾਹ ਦੇ ਉੱਤੇ ਰੁੜ ਜਾਂਦੀ, ਤੂੰ ਇੱਥੇ ਬਿੱਬ ਬੰਨ ਲਿਆ ਕਰ। ਨਹੀਂ ਨਹੀਂ ਚਾਹ ਹੁਣ ਉਹ ਰੁੜਦੀ ਉਹ ਹੁੰਦੀ ਜਿਹੜੀਆਂ ਪਿਆਲੀਆਂ ਨਕੋ ਨਕ ਭਰੀਆਂ ਹੋਣ। ਨਾਜ਼ਰੀਨ, ਚਾਹ ਦੀ ਗੱਲ ਇਸ ਲਈ ਕਰ ਰਿਹਾ ਕਿ ਮੈਂ ਪਹਿਲੇ ਚਾਹ ਦਾ ਕੰਮ ਕਰਦਾ ਸੀ, ਮੇਰੇ ਇੱਕ ਚਾਹ ਦਾ ਮਤਲਬ ਢਾਬਾ ਸੀ ਛੋਟਾ ਜਿਹਾ, ਅਤੇ ਇਹ ਸਿਲਮੇ ਸਤਾਰੇ ਦਾ ਕੰਮ ਕਰਦੇ ਸਨ। ਅਤੇ ਕਦੀ ਇੰਝ ਹੋਇਆ ਤੁਸੀਂ ਕੰਮ ਗਲਤ ਕਰ ਦਿੱਤਾ ਹੋਵੇ ਕਢਾਈ ਦਾ ਹੀ ਅਤੇ ਉਸਤਾਦ ਨੇ ਬਹੁਤ ਮਾਰਿਆ ਹੋਵੇ? ਨਹੀਂ ਨਹੀਂ, ਉਸਤਾਦ ਨਹੀਂ ਮਾਰਦੇ ਹੁੰਦੇ, ਹੁਣ ਤੁਹਾਡੇ ਕੋਲ ਪੱਤੀ ਤੇਜ਼ ਪੈ ਜਾਵੇ, ਗਾਹਕ ਨੇ ਪੀ ਲੈਣਾ, ਉਹਨੇ ਇਹ ਤਾਂ ਨਹੀਂ ਕਹਿਣਾ ਕਿ ਯਾਰ ਕਿਉਂ ਪਾਈ ਹੈ ਜਾਂ ਵਿੱਚੋਂ ਕੱਢਦੇ, ਉਹ ਨਿਕਲਦੀ ਨਹੀਂ। ਜਿਹੜਾ ਕਿ ਕੰਮ ਅਸੀਂ ਕਰ ਦਿੱਤਾ ਵਾ ਨਾ, ਯਾਨੀ ਉਹ ਕੰਮ ਅਗਲਾ ਕਹਿੰਦਾ ਕਿ ਯਾਰ ਕੋਈ, ਅਸੀਂ ਫਿਰ ਮੂੰਹ ਇੱਦਾਂ ਦਾ ਬਣਾਈ ਦਾ ਜਦੋਂ ਸਾਡਾ ਕੰਮ ਖਰਾਬ ਹੋ ਜਾਂਦਾ। ਯਕੀਨ, ਇਸ ਤੋਂ ਇਲਾਵਾ ਕਿੱਦਾਂ ਦਾ ਮੂੰਹ ਬਣਾ ਸਕਦੇ, ਇਸ ਤੋਂ ਇਲਾਵਾ ਕੀ ਬਣ ਸਕਦਾ? ਅੱਛਾ, ਉਹ ਮੂੰਹ ਇੱਦਾਂ ਦਾ ਬਣਾ ਕੇ ਅਗਲੇ ਨੂੰ ਕਹਿਣਾ ਨਾ ਕਿ ਯਕੀਨ ਕਰੋ, ਉਹਨੇ ਕਹਿਣਾ ਕਿ ਕੋਈ ਗੱਲ ਨਹੀਂ ਯਾਰ, ਦੇ ਦੇ ਚੱਲ ਕੋਈ ਨਹੀਂ ਪਾ ਹੀ ਲੈਣਾ ਮੈਂ। ਫਿਰ ਅਗਲੇ ਨੂੰ ਅਗਲੀ ਗੱਲ ਵੀ ਦੱਸ ਦੇਣੀ ਕਿ ਯਾਰ ਕੋਈ ਗੱਲ ਨਹੀਂ, ਇਹ ਕਿਹੜਾ ਨਜ਼ਰ ਆਉਣਾ ਵਾ। ਨਹੀਂ, ਸਾਨੂੰ ਵੀ ਗਾਹਕ ਮਾਰ ਨਹੀਂ ਸਕਦਾ, ਪੱਤੀ ਮਿੱਠਾ ਘੱਟ ਵੱਧ ਪੈ ਜਾਵੇ, ਉਹ ਸਿਰਫ ਗਾਲਾਂ ਹੀ ਕੱਢਦਾ ਹੁੰਦਾ ਦਿਲ 'ਚ, ਔਰ ਦਿਲ 'ਚ ਮੂੰਹ ਤੇ ਵੀ ਕੱਢ ਦਿੰਦੇ ਸੀ, ਅਸੀਂ ਕੀ ਕਰ ਲੈਣਾ ਹੁੰਦਾ। ਔਰ ਅਗਲੇ ਦਾ ਇੱਕ ਦਿਲ 'ਚ ਇੱਕ ਵਾਰੀ ਇਹ ਜ਼ਰੂਰ ਕਹਿੰਦਾ, ਇੱਥੇ ਮੈਂ ਮੁੜ ਕੇ ਨਹੀਂ ਆਉਂਦਾ, ਜੋ ਮਰਜ਼ੀ ਹੋ ਜਾਵੇ, ਉਹ ਬੰਦੇ ਅੱਜ ਮੇਰੇ ਨਾਲ ਕਰ ਲਾ ਜੋ ਕਰਨਾ। ਬੰਦੇ ਕਹਿੰਦੇ ਯਾਰ ਤੇਰੇ ਕੋਲ ਇੰਨੀ ਦੇਰ ਹੋ ਗਈ ਚਾਹ ਪੀਂਦੇ ਆ, ਤੈਨੂੰ ਨਾ ਬਣਾਉਣੀ ਹੈ। ਅਜੇ ਤੁਹਾਡੀ ਤਾਂ ਕੋਸ਼ਿਸ਼ ਹੀ ਹੁੰਦੀ ਹੋਣੀ ਜਿਹੜੇ ਤੁਸੀਂ ਗਾਹਕ ਨੂੰ ਨਾਲ ਚਾਹ ਦੇ ਰਸ ਵਗੈਰਾ ਜਾਂ ਕੇਕ ਵਗੈਰਾ ਦਿੰਦੇ ਸੀ ਤੁਸੀਂ? ਨਹੀਂ, ਜਦੋਂ ਕੋਈ ਕਹਿੰਦਾ ਸੀ ਨਾ ਕਿ ਨਾਲ ਇੱਕ ਚਾਹ ਅਤੇ ਚਾਰ ਕੇਕ ਦੇ ਦੇ, ਬੜੀ ਖੁਸ਼ੀ ਹੁੰਦੀ, ਬੜੀ ਖੁਸ਼ੀ ਵਾਲੀ ਗੱਲ ਹੁੰਦੀ ਸੀ। ਲੇਕਿਨ ਤੁਸੀਂ ਮਰਦਮਾਨ ਰੱਖਿਆ ਹੁੰਦਾ ਉਹਦੇ ਵਿੱਚ ਕੇਕ, ਲੇਕਿਨ ਦੁਕਾਨ ਵੀ ਤੁਹਾਡੀ ਆਪਣੀ, ਤੁਹਾਡੇ ਵਾਲ ਸਾਹਿਬ ਤੁਹਾਨੂੰ ਖਾਣ ਨਹੀਂ ਦਿੰਦੇ ਹੋਣੇ, ਹੈ ਨਾ? ਕਿਉਂ ਕੇਕ? ਅੱਛਾ ਰਾਸ਼ਦ ਕਮਾਲ ਸਾਹਿਬ, ਤੁਸੀਂ ਜਿਸ ਮੁਹੱਲੇ 'ਚ ਰਹਿ ਰਹੇ ਹੋ, ਫੈਸਲਾਬਾਦ ਦਾ ਬੜਾ ਮਤਲਬ ਕਿ ਏਸ਼ੀਆ ਦਾ ਸਭ ਤੋਂ ਵੱਡਾ ਮੁਹੱਲਾ ਹੈ, ਮੁਹੱਲਾ ਨਹੀਂ ਇਹਨੂੰ, ਕਲੋਨੀ ਕਿਹਾ ਜਾ ਸਕਦਾ ਹੈ, ਗੁਲਾਮ ਅਹਿਮਦਾਬਾਦ ਜੀ, ਇੱਥੇ ਵੀ ਬਹੁਤ ਜੁਗਤ ਹੁੰਦੀ ਹੈ, ਅਤੇ ਤੁਹਾਨੂੰ ਵੀ ਕਦੀ ਜੁਗਤ ਹੋਈ ਤੁਰੇ ਤੁਰੇ ਜਾਂਦੇ ਨੂੰ? ਨਹੀਂ ਨਹੀਂ, ਤੁਰੇ ਜਾਂਦੇ ਲੋਕਾਂ ਨੇ ਨਾ, ਮੈਂ ਜਦੋਂ ਇਸ ਫੀਲਡ ਦੇ ਵਿੱਚ ਸਟਾਰਟ ਹੋਇਆ ਨਾ, ਹਾਂਜੀ, ਮੈਨੂੰ ਬੜਾ ਲੋਕਾਂ ਨੇ ਜੁਗਤਾਂ ਵੀ ਮਾਰੀਆਂ, ਯਾਨੀ ਜੇ ਇਸ ਮਹਿਫਲ ਦੇ ਵਿੱਚ ਵੀ ਜਾਣਾ ਨਾ, ਅਤੇ ਉੱਥੇ ਹੁਣ ਜਿੱਥੇ ਜਿੱਥੇ 10 ਬੰਦੇ ਗੱਲ ਕਰਨ ਡੇ, ਉੱਥੇ ਇਕੱਲਾ ਬੰਦਾ ਭਾਵੇਂ ਜਿੱਡਾ ਮਰਜ਼ੀ ਗੱਲਕਾਰ ਹੋਵੇ, ਬਿਲਕੁਲ ਉਹਦੀ ਨਹੀਂ ਸੁਣ ਦਿੰਦੇ। ਇਸ ਤਰ੍ਹਾਂ ਦੇ ਮੈਚ ਪਏ ਨੇ, ਯਾਨੀ ਕਿ ਉਹ ਦੋਸਤਾਂ ਦੇ ਵਿੱਚ ਮੈਚ ਵੀ ਤੁਹਾਨੂੰ ਪਤਾ ਵੀ ਹੋਰ ਤਰ੍ਹਾਂ ਦੇ ਹੁੰਦੇ, ਹਾਂਜੀ ਹਾਂਜੀ, ਅਤੇ ਲੇਕਿਨ ਇਹ ਵੀ ਇਹ ਮੁਹੱਲੇ ਦੇ ਵਿੱਚ ਨਾ ਕੋਈ ਸਾਡੀ ਸੀਟਿੰਗਾਂ ਐਸੀਆਂ ਸੀ ਕਿ ਬੈਠਣੀ ਉੱਠਣੀ 24 ਘੰਟੇ, ਯਾਨੀ ਗੱਲਾਂ ਹੀ ਦੂਸਰੀ ਹੋਣੀ ਗੱਲ, ਯਾਨੀ ਕਿ ਵੀ ਕੋਮੇਡੀ ਗੱਲ, ਮਜ਼ਾਕ ਦੀ ਗੱਲ ਹੋਣੀ, ਮਜ਼ਾਕ ਦੀ ਗੱਲ ਹੀ ਹੋਣੀ, ਐਵੇਂ ਘਰੋਂ ਨਿਕਲਦੇ ਜਗਤ ਉਹ ਫਿਟੇ ਮੂੰਹ ਇੱਥੇ ਹੀ ਬੈਠਾ ਰਹਿੰਦਾ ਤੂੰ। ਮੇਰੇ ਦਰਅਸਲ ਉਹ ਇਹ ਮਾਹੌਲ ਹੀ ਸਾਡਾ ਇਸ ਤਰ੍ਹਾਂ ਦਾ ਸੀਗਾ ਕਿ ਯਾਨੀ ਕਿ ਇਹਦੇ ਵਿੱਚ ਨਾ ਐਟੋਮੈਟਿਕ ਹੀ ਗੱਲ ਹੋ ਜਾਂਦੀ ਸੀ, ਯਾਨੀ ਬੰਦੇ ਦਾ ਸਾਡੇ ਦਿਨ 'ਚ ਹੁੰਦਾ ਸੀ ਵੀ ਯਾਰ, ਦੇਖਣ ਵਾਲਾ ਬੰਦੇ ਤਾਂ ਮਹਿਸੂਸ ਹੁੰਦਾ ਸੀ ਕਿ ਯਾਰ ਇਹ ਗੱਲ ਨਹੀਂ, ਲੇਕਿਨ ਉਹ ਸਾਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਬਹੁਤ ਇਹਨੇ ਗੱਲ ਕੀਤੀ ਅੱਛੀ, ਲਹਿਜਾ ਐਸਾ, ਲਹਿਜਾ ਐਸਾ, ਤਬੀਅਤ ਐਸੀ ਬਣਾ ਲੈਣੀ ਹੈ। ਯਾਨੀ ਕਿ ਐਂ ਹੁਣ ਇੱਥੋਂ ਇੱਕ ਫਕੀਰ ਸੀ, ਉਹਨੂੰ ਉਹ ਚੰਗਾ ਭਲਾ ਜਵਾਨ ਜਾਨ, ਮੈਂ ਉਹਨੂੰ ਕਿਹਾ ਕਿ ਯਾਰ ਤੂੰ ਦੇਖ ਚੰਗਾ ਭਲਾ ਜਵਾਨ ਜਾਨ ਬੰਦਾ ਵਾ, ਅਤੇ ਤੂੰ ਇੱਥੇ ਮੰਗਣ ਡਿਆ, ਤੂੰ ਤੈਨੂੰ ਸ਼ਰਮ ਨਹੀਂ ਆਉਂਦੀ? ਕਹਿੰਦਾ ਹੁਣ ਮੈਂ ਤੇਰੇ 10 ਰੁਪਈਏ ਦੀ ਖਾਤਰ ਆਪਣਾ ਦਫ਼ਤਰ ਪਾ ਕੇ ਬਹਿ ਜਾਵਾਂ, ਵੀ ਤੇਰਾ ਤੂੰ ਮੈਨੂੰ ਨਾ ਦੇ ਭਾਈ ਯਾਰ। ਯਾਨੀ ਕਿ ਉਹ ਗੱਲ ਹੀ ਇਸ ਤਰ੍ਹਾਂ ਦਾ, ਤਰੀਕਾਕਾਰ ਕੰਮ ਹੀ ਇਸ ਤਰ੍ਹਾਂ ਦਾ, ਗੱਲ ਇਸ ਤਰ੍ਹਾਂ ਦੀ ਵੀ ਚੱਲਦੀ ਹੈ। ਆਹ ਉਹ ਬੈਠੇ ਗੁਫ਼ਤਗੂ ਕਰਦੇ ਰਹਿੰਦੇ ਆ, ਕੁਛ ਨਾ ਕੁਛ ਕਹੀ ਜਾਣਾ, ਯਾਨੀ ਕਿ ਕਿਸੇ ਚੀਜ਼ ਤੋਂ ਰਾਜ਼ੀ ਨਹੀਂ, ਯਾਨੀ ਕੁਛ ਵੀ ਹੈ ਨਾ, ਜੇ ਬਿਲਫੜ ਤੋਂ ਰੋਟੀ ਲੈ ਵੀ ਆਇਆ ਨਾ, ਅਤੇ ਉਹਨੇ ਬੜੇ ਸ਼ੌਕ ਨਾਲ ਖਵਾਈ ਹੈ ਨਾ, ਅਤੇ ਹੁਣ ਜਿਹੜੇ ਖਾਣ ਡੇ ਨੇ ਉਹਨਾਂ ਨੇ ਇੱਕ ਮਾੜੀ ਗੱਲ ਜ਼ਰੂਰ ਕਰਨੀ, ਚੱਲ ਤੂੰ ਇਹਦੇ ਨੂੰ ਨਾ ਵੀ ਲਿਆਉਂਦਾ ਤਾਂ ਕੋਈ ਹੁਣ ਖਾ ਹੀ ਲੈਣੀ ਸੀ, ਉੱਤੋਂ ਨਹੀਂ ਰਾਜ਼ੀ ਜਿਹੜੇ ਬੰਦਾ ਸਾਰਾ ਕੁਛ ਕਰ ਰਿਹਾ, ਉੱਤੋਂ ਨਾਰਾਜ਼ ਹੀ ਹੈ। ਅੱਛਾ, ਇਹ ਵੀ ਹੁੰਦਾ ਨਾ, ਮਤਲਬ 8 ਬੰਦੇ ਰੋਟੀ ਖਾਣ ਗਏ ਨਾ, ਅਤੇ ਜਿਹਨੇ ਪੈਸੇ ਨਹੀਂ ਦੇਣੇ ਉਹ ਐਵੇਂ ਉੱਠ ਕੇ ਹੱਥ ਧੋਣ ਚਲਾ ਜਾਏਗਾ। ਅੱਛਾ, ਵੀ ਵਿੱਚ ਇਸ ਤਰ੍ਹਾਂ ਦੇ ਬੰਦੇ ਹੁੰਦੇ ਜਿਹੜੇ ਹੁਣ ਜਾਣੀ ਕੜਾਹੀ ਮੰਗਾਈ ਹੈ ਨਾ, ਅਤੇ ਉਹਦੇ ਵਿੱਚ ਇੱਕ ਬੰਦਾ ਹੁੰਦਾ ਕਿ ਜਿਹੜਾ ਮੈਂ ਵਰਤਾ ਰਿਹਾ, ਉਹ ਵਰਤਾ ਇਸ ਤਰ੍ਹਾਂ ਰਿਹਾ ਕਿ ਜਿਵੇਂ ਸਾਰਾ ਕੁਛ ਉਹ ਕਰ ਰਿਹਾ, ਉਹ ਕਰ ਰਿਹਾ, ਉਹਨੂੰ ਦੂਜੇ ਨੂੰ ਪੁੱਛ ਰਿਹਾ ਯਾਰ ਹੋਰ ਲੈ ਲਾ, ਹੋਰ ਲੈ ਯਾਰ, ਕੀ ਹੋਇਆ ਤੈਨੂੰ, ਹੋਰ ਲੈ, ਉਹ ਜਿਹਨੇ ਪੈਸੇ ਦੇਣੇ ਉਹ ਕਹਿੰਦਾ ਯਾਰ ਬਾਅਦ ਖਾਓ ਤੁਸੀਂ, ਪੈਸੇ ਨਹੀਂ ਕਰ ਰਹੇ, ਉਹ ਲੈਦਾ ਮਸਾਲੇ ਨਾਲ ਖਾਣ ਡਿਆ ਹੁੰਦਾ, ਬੋਟੀ ਚੱਕਣ ਦੀ ਵੀ ਹਿੰਮਤ ਨਹੀਂ ਪੈਂਦੀ ਉਹ 'ਚ ਵੀ ਮੈਂ। ਅੱਛਾ, ਜਿਹੜਾ ਬਹੁਤਾ ਸ਼ੋਖਾ ਹੁੰਦਾ ਨਾ, ਉਹਨੂੰ ਪਤਾ ਹੁੰਦਾ ਵੀ ਇਹ ਲਿਆਇਆ ਵੀ ਪੈਸੇ ਲੱਗਣੇ, ਉਹ ਜਿਹੜਾ ਲਿਆਇਆ ਉਹਨਾਂ ਨੂੰ ਘੇਰ ਘੂਰ ਕੇ, ਤੂੰ ਐਵੇਂ ਕਹੀਦਾ ਆਹ ਸੈਵਨ ਆਪਾਂ ਵੀ ਲਿਆਈ ਉੱਥੋਂ, ਉਹ ਵੀ ਲਿਆਈ, ਸਲਾਦ ਲਿਆ ਰਹਿਤਾ, ਆਹ ਰੋਟੀ ਲਿਆ ਭੱਜ ਕੇ, ਉਹਦੇ ਨਾਲ ਹੀ ਪੂਰੀ ਖੁਸ਼ਕੀ ਹੁੰਦੇ ਰਹਿੰਦੇ ਨੇ, ਲੱਗਦਾ ਵੀ ਸਾਰਾ ਆਰਡਰ ਇਹ ਦੇ ਰਿਹਾ, ਇਹ ਦੇ ਰਿਹਾ। ਅੱਛਾ, ਰਾਸ਼ਦ ਕੁਮਾਰ ਸਾਹਿਬ, ਇਸ ਵੇਲੇ ਡਰਾਮਾ ਫੈਸਲਾਬਾਦ 'ਚ ਮਾਸ਼ਾਅੱਲਾ ਸ਼ੁਰੂ ਤੋਂ ਹੀ ਬੜਾ ਅੱਛਾ ਸੀਗਾ, ਅਤੇ ਅੱਜ ਕੱਲ੍ਹ ਕੈਸਾ ਮਹਿਸੂਸ ਕਰ ਰਹੇ ਡਰਾਮਾ ਫੈਸਲਾਬਾਦ 'ਚ? ਫੈਸਲਾਬਾਦ ਦੇ ਵਿੱਚ ਦੇਖੋ ਨਾ, ਇੱਕ ਤਾਂ ਸਭ ਤੋਂ ਪਹਿਲੇ ਤਾਂ ਦੇਖੋ ਪਾਣੀ ਕੌੜਾ ਹੋ ਗਿਆ, ਸੰਤਾਂ ਜਿਹੜੀਆਂ ਸੀ ਬੰਦ ਹੋ ਗਈਆਂ, ਲੂਮਾਂ ਬੰਦ ਹੋ ਗਈਆਂ, ਹੁਣ ਸਿਰਫ ਇੱਕ ਬਾਹਰ ਡਰਾਮਾ ਬਚਿਆ ਵਾ, ਇਹ ਸਿਰਫ ਡਰਾਮਾ ਵਾ, ਫੈਸਲਾਬਾਦ ਦੀ ਪਹਿਚਾਣ ਬਣਿਆ ਵਾ, ਇਹ ਜਿੱਥੇ ਪਹਿਲੇ ਕੱਪੜਾ ਜਾਂਦਾ ਸੀ ਉੱਥੇ ਹੁਣ ਜੁਗਤ ਜਾਂਦੀ, ਜੁਗਤ ਜਾਂਦੀ।
ਆਦਤ ਪੈ ਜਾਂਦੀ ਨਾ ਮੈਨੂੰ ਠਗਾ ਠਗ ਚ ਸੌਣਾ। ਹਾਂ ਵੀ ਬਸ ਆਵਾਜ਼ ਆਉਂਦੀ ਹੈ ਲੇਕਿਨ ਮੈਨੂੰ ਬਚਣ ਕੁਛ ਨਹੀਂ ਡਿਆ, ਮੈਂ ਸਿਰਫ ਆਪਣੀ ਹੱਥ ਪੂਰੀ ਕਰਦਾ ਨਾ, ਬੱਚਿਆਂ ਨੂੰ ਰੋਜ਼ ਲੈ ਕੇ ਆਉਂਦਾ ਸਵੇਰੇ ਆਵਾਜ਼ ਸੁਣਾ ਕੇ ਲੈ ਜਾਂਦਾ। ਵੈਸੇ ਇਹ ਵਾ ਨਾ ਕਿਉਂਕਿ ਫੈਸਲਾਬਾਦ ਮਾਨਚੈਸਟਰ ਹੈਗਾ, ਇੱਥੇ ਕਾਰੋਬਾਰ ਬਿਜ਼ਨਸ ਇੰਡਸਟਰੀ ਬਹੁਤ ਅੱਛੀ ਸੀ, ਲੇਕਿਨ ਅੱਜ ਕੱਲ੍ਹ ਥੋੜ੍ਹੀ ਜਿਹੀ ਮੇਰਾ ਗੈਸ ਹੈ ਨਹੀਂ। ਤੁਹਾਡੇ ਘਰ ਵੀ ਗੈਸ ਨਹੀਂ ਆਉਂਦੀ ਮੇਰਾ? ਨਹੀਂ ਨਹੀਂ ਸਾਡੇ ਘਰ ਆਉਂਦੀ ਹੈ ਇਹ। ਸਵੇਰੇ ਭਾਬੀ ਕਹਿੰਦੀ ਸੀ ਮੈਂ ਰਾਸ਼ਦ ਕਮਾਲ ਦਾ ਪੁਰਾਣਾ ਸੂਟ ਬਾਲ ਕੇ ਚਾਹ ਪਕਾਈ। ਨਹੀਂ ਨਹੀਂ ਗੈਸ ਸਾਡੇ ਜਿਹੜੇ ਫੈਸਲਾਬਾਦ ਹੈ ਨਾ ਜਿਸ ਇਲਾਕੇ ਦੇ ਵਿੱਚ ਮੈਂ ਰਹਿ ਰਿਹਾ ਵਾਂ, ਇੱਥੇ ਗੈਸ ਵੀ ਬਹੁਤ ਘੱਟ ਬੰਦ ਹੁੰਦੀ, ਲਾਈਟ ਵੀ ਘੱਟ ਬੰਦ ਹੁੰਦੀ ਰਹੀ। ਅੱਛਾ ਅੱਛਾ। ਲੇਕਿਨ ਇਹ ਸਾਲ ਲਾਈਟ ਅਤੇ ਗੈਸ ਬੰਦ ਨਹੀਂ ਹੋਇਆ, ਲੇਕਿਨ ਉਹ ਬਿੱਲ ਬਹੁਤ ਆਏ। ਉਹ ਹੁਣ ਦਿਲ ਕਰਦਾ ਕਿ ਯਾਲਾ ਦੁਆ ਕਰੀਏ ਕਿ ਬੰਦ ਹੋਇਆ ਕਰੇ, ਕਿਉਂ ਜੀ? ਕਿਉਂਕਿ ਲਾਈਟ ਔਰ ਗੈਸ ਜਿਹੜਾ ਨਾ ਬਿੱਲ ਬਹੁਤ ਆ ਰਹੇ ਨੇ। ਹੁਣ ਕਹਿੰਦਾ ਯਾਰ ਇਹਨਾਂ ਨੂੰ 4 ਘੰਟੇ ਸਟੇ ਹੋ ਜਿਹੜਾ ਹੋ ਜਾਂਦੇ ਇਹਨਾਂ ਬਿੱਲ 'ਤੇ ਭੱਜ ਜਾਂਦਾ ਸੀ, ਹੁਣ ਬਚ ਕੋਈ ਸ਼ੈ ਨਹੀਂ ਬਚ ਰਹੀ ਕਿਉਂਕਿ ਬਿਜਲੀ ਤਾਂ ਜਿਹੜੀ ਉਹ ਬੰਦ ਹੀ ਨਹੀਂ ਹੋ ਰਹੀ। ਅੱਛੇ ਕੱਪੜੇ ਪਾ ਕੇ ਨਾ ਤੁਸੀਂ ਮਾਣਾ ਅੱਛੀ ਗੁਫ਼ਤਗੂ ਕਰਨ ਲੱਗ ਪਏ ਹੋ। ਮੈਂ ਹੁਣ ਇੱਦਾਂ ਤੁਹਾਨੂੰ ਨਜ਼ਰ ਲੱਗ ਜਾਣੀ ਹੈ, ਮੈਂ ਤਾਂ ਕਹਿੰਦਾ ਸਿਰ 'ਚ ਥੋੜ੍ਹੀ ਜਿਹੀ ਮਿੱਟੀ ਪਾ ਕੇ ਵਿਆਹ ਕਰੋ, ਐਵੇਂ ਤੁਰੇ ਤੁਰੇ ਜਾਂਦੇ ਨਾਲੀ 'ਚ ਪੈਰ ਸੁੱਟ ਦੇ। ਤੁਸੀਂ ਇੱਦਾਂ ਕਰੋ ਨਾ ਪਹੁੰਚੇ ਮੇਰੀ ਕਾਲੀ ਪੱਟੀ ਲਾ ਲਓ। ਨਹੀਂ ਤੁਸੀਂ ਸੱਜਾ ਪਹੁੰਚਾ ਨਾ, ਹਲਕਾ ਜਿਹਾ ਪਾੜ ਲਓ ਨਾ, ਤੁਹਾਨੂੰ ਬਹੁਤ ਸੋਹਣੇ ਲੱਗਣ ਕੱਪੜੇ। ਮੈਂ ਜਿਹੜਾ ਚਾਹ ਠੀਕ ਭੱਜਣਾ ਜਿਹੜਾ ਪਹੁੰਚਿਆ ਪਾ ਰਿਹਾ। ਅੱਛਾ ਜਿਸ ਜਗ੍ਹਾ 'ਤੇ ਤੁਸੀਂ ਰਹੇ ਹੋ ਗੁਲਾਮ ਅਹਿਮਦਾਬਾਦ ਹੈ ਜੀ, ਹਾਂਜੀ, ਇਹਨਾਂ ਦੀ ਬੋਲੀ ਮਤਲਬ ਜਿਹੜੇ ਇੱਥੇ ਲੋਕ ਰਹਿਣ ਵਾਲੇ ਬੋਲੀ ਬੋਲਦੇ ਆ, ਹਾਂਜੀ, ਅਤੇ ਚੜ੍ਹਦੇ ਪੰਜਾਬ ਦੀ ਬੋਲੀ ਇਸ ਤਰ੍ਹਾਂ ਦੀ ਹੈ। ਹਾਂਜੀ। ਅਤੇ ਕਦੀ ਇਸ ਤਰ੍ਹਾਂ ਹੋਇਆ ਤੁਹਾਨੂੰ ਉੱਥੋਂ ਇੰਡੀਆ ਤੋਂ ਕੋਈ ਮੈਸੇਜ ਕੋਈ ਸਰਦਾਰ ਨੇ ਕਦੀ ਕਿਹਾ ਹੋਵੇ? ਸਰਦਾਰ ਮੇਰੇ ਨਾ ਹੁਣ ਫੈਨ ਬਹੁਤ ਜ਼ਿਆਦਾ, ਕਿਉਂਕਿ ਯੂਟਿਊਬ ਜਦੋਂ ਦੀ ਆਈ ਹੈ ਨਾ ਆ ਪੂਰੀ ਦੁਨੀਆ ਚੱਲੀ, ਪੂਰੀ ਦੁਨੀਆ 'ਤੇ ਜਿਹੜੇ ਬੰਦੇ ਨਹੀਂ ਵੀ ਦੇਖਣਾ ਚਾਹੁੰਦੇ ਨਾ ਉਹਨਾਂ ਦੀ ਵੀ ਇੱਕ ਵਾਰੀ ਨਾ ਬੰਦਾ ਨਜ਼ਰ 'ਚੋਂ ਲੰਘਿਆ ਹੋਏਗਾ ਕੋਈ ਵੀ ਹੋਏਗਾ। ਅਤੇ ਸਾਡੇ ਜਿਹੜੇ ਡਰਾਮੇ ਨੇ ਨਾ ਲੋ ਅਸੀਂ ਫੈਸਲਾਬਾਦ ਦੇ ਹਿਸਾਬ ਨਾਲ ਡਰਾਮੇ ਅਗਰ ਯੂਟਿਊਬ 'ਤੇ ਸੁੱਟੀ ਦੇ ਨੇ ਨਾ, ਅਤੇ ਅੱਗੋਂ ਲੋਕ ਵੇਖਦੇ ਨੇ, ਵੇਖ ਕੇ ਫਿਰ ਮੈਸੇਜ ਕਰਦੇ ਨੇ, ਉਹ ਫਿਰ ਖਾਸ ਕਰਕੇ ਜਿਹੜੇ ਆਪਣੇ ਪ੍ਰਦੇਸ਼ ਦੇ ਵਿੱਚ ਸਿੱਖ ਜਿਹੜੇ ਗਏ ਨੇ ਉਹ ਇਹਨਾਂ ਚੀਜ਼ ਨੂੰ ਬੜਾ ਲਾਈਕ ਕਰਦੇ ਨੇ, ਫਿਰ ਮੈਸੇਜ ਭੇਜਦੇ ਨੇ, ਕਮੈਂਟਸ ਕਰਦੇ ਨੇ। ਉਹ ਗੱਲ ਇਹ ਕਿ ਇਹ ਜਿਹੜੀ ਬੋਲੀ ਵਾਕਈ ਸਾਡੀ ਨਾ ਜਿਹੜੀ ਰਲਦੀ ਮਿਲਦੀ ਹੈ, ਲਫ਼ਜ਼ ਜਿਹੜਾ ਨਾ ਘਰੋੜ ਕੇ ਕਿਹਾ ਜਾਂਦਾ। ਆ ਜਿਹੜੇ ਮੇਰੇ ਸਟੇਜ ਦੇ ਵਿੱਚ ਆਮ ਬੰਦਿਆਂ ਨੂੰ ਮੁਖਤਲਿਫ ਹੋਣ ਦਾ ਮਕਸਦ ਵੀ ਇਹੀ ਸੀ ਕਿ ਮੇਰੀ ਬੋਲੀ ਇੱਥੋਂ ਦੀ ਸੀ, ਮੇਰੇ ਗੁਲਾਮਾਬਾਦ ਦੀ, ਉਹ ਮੈਂ ਤਾਂ ਬੋਲਦਾ ਸੀ। ਅਤੇ ਉਹ ਗੱਲ ਦੇ ਵਿੱਚ ਨਾ ਵੈਸੇ ਮਜ਼ਾ ਪੈਦਾ ਹੋ ਜਾਂਦਾ ਜਦੋਂ ਇਸ ਬੋਲੀ ਦੇ ਵਿੱਚ ਜੋਰ। ਹਾਂਜੀ ਹਾਂਜੀ, ਇਹਦੇ ਵਿੱਚ ਮਤਲਬ ਲੱਜ਼ਤ ਬਹੁਤ ਹੈ। ਹਾਂ ਬਸ ਉਹ ਸਮਝ ਆ ਗਿਆ ਲੱਕੀ ਹੋ ਗਿਆ ਤੈਨੂੰ, ਇੱਧਰ ਨੂੰ ਕਿੱਧਰ ਨੂੰ ਆਈ ਜਾਣ ਡਿਆ, ਮੈਂ ਉੱਧਰ ਨੂੰ ਜਾਂਦੇ ਹਾਂ। ਹਾਂ, ਉਹ ਖੋਤੇ ਰੇੜੀ ਨਾਲ ਉਹਨੂੰ ਕਹਿੰਦਾ ਉਹ ਅੱਗੇ ਲੈ ਜਾ ਰੇੜੀ, ਕਹਿੰਦਾ ਅੱਗੇ ਪਾਣੀ ਆ, ਕਹਿੰਦਾ ਲੈ ਜਾ ਤੇਰੇ ਖੋਤੇ 'ਤੇ ਕਿਹੜਾ ਬੂਟ ਭੇਜਣ ਦਾ। ਅੱਛਾ, ਪਾਕਿਸਤਾਨ ਦੇ ਜਿਹੜੇ ਸੀਨੀਅਰ ਫਨਕਾਰ ਨੇ ਕਿਹੜੇ ਕਿਹੜੇ ਨਾਲ ਤੁਸੀਂ ਕੰਮ ਕਰ ਚੁੱਕੇ ਔਰ ਕਿਹਨਾਂ ਨਾਲ ਤੁਹਾਨੂੰ ਬਹੁਤ ਅੱਛਾ ਲੱਗਾ ਕੰਮ ਕਰਕੇ? ਦੇਖੋ ਜੀ, ਫੈਸਲਾਬਾਦ ਦੇ ਵਿੱਚ ਜਿਹੜੇ ਜਿਹੜੇ ਫਨਕਾਰ ਆਏ ਨੇ ਨਾ, ਯਾਨੀ ਕਿ ਗਏ ਹੀ ਸਾਰੇ ਫੈਸਲਾਬਾਦ ਦੇ ਵਿੱਚੋਂ ਨੇ, ਬਿਲਕੁਲ ਵੀ ਆਰਟਿਸਟ ਨੇ ਵੱਡੇ ਸਾਰੇ, ਅਤੇ ਸਾਡੇ ਨਾਲ ਇੱਥੇ ਕਿਤੇ ਨਾ ਕਿਤੇ ਉਹਨਾਂ ਨੇ ਕੰਮ ਕੀਤਾ ਵਾ। ਅਸੀਂ ਜਿੰਨੇ ਵੀ ਸੀਨੀਅਰ ਨੇ ਮੇਰੇ, ਮੈਂ ਸਭ ਤੋਂ ਪਹਿਲੇ ਤਾਂ ਉਹਨਾਂ ਦੀ ਇੱਜ਼ਤ ਕਰਦਾ ਵਾਂ, ਅਤੇ ਉਹ ਵੀ ਸ਼ੁਕਰੀਆ ਅਲਹਮਦੁਲਿਲਾ ਕੋਈ ਮੇਰੇ ਤੋਂ ਇਸ ਤਰ੍ਹਾਂ ਦਾ ਨਾਰਾਜ਼ ਨਹੀਂ ਗਏ ਕਿ ਜਿਹਦੇ ਨਾਲ ਬੰਦਾ ਹੁੰਦਾ ਕਿ ਯਾਰ ਇਹਦੇ ਨਾਲ ਅੱਗੇ ਤੋਂ ਕੰਮ ਨਹੀਂ ਕਰਨਾ। ਤੁਸੀਂ ਲਾਹੌਰ ਵੀ ਗਏ ਉਹ ਕੰਮ ਕਰਨ ਵਾਸਤੇ, ਅਤੇ ਲੇਕਿਨ ਫਿਰ ਵਾਪਸ ਆ ਗਏ, ਜਾਂ ਬੱਚਿਆਂ ਦਾ ਕੋਈ ਮਸਲਾ ਹੈ ਜਾਂ ਕੋਈ ਮਤਲਬ ਘਰੇਲੂ ਕੋਈ ਪ੍ਰੋਬਲਮ ਐਸੀ, ਅਤੇ ਤੁਸੀਂ ਕਿਉਂ ਵਾਪਸ ਆ ਗਏ ਫਿਰ? ਨਹੀਂ, ਮੈਂ ਲਾਹੌਰ ਜਿਹੜਾ ਕੰਮ ਕਰਨ ਵਾਸਤੇ ਗਿਆ ਕਰਕੇ ਮੈਂ ਆਪਣਾ ਵਾਪਸ ਫੈਸਲਾਬਾਦ ਆ ਗਿਆ। ਫੈਸਲਾਬਾਦ ਦੇ ਵਿੱਚ ਜਿਹੜਾ ਸਟੇਜ ਹੁੰਦਾ ਨਾ, ਉਹਦੇ ਵਿੱਚ ਕੁਛ ਸਾਡੇ ਕੋਲ ਆਪਣੀਆਂ ਗਲਤੀਆਂ ਕੁਤਾਹੀਆਂ ਹੁੰਦੀਆਂ ਨੇ, ਜਿਹਦੀ ਵਜ੍ਹਾ ਨਾਲ ਅਸੀਂ ਇੱਕ ਜਗ੍ਹਾ 'ਤੇ ਹੋ ਕੇ ਰਹਿ ਜਾਂਦੇ ਹਾਂ। ਅਤੇ ਇੱਕ ਕੋਸ਼ਿਸ਼, ਮੇਰਾ ਦਿਲ ਬੜਾ ਕਰਦਾ ਲਾਹੌਰ ਜਾ ਕੇ ਕੰਮ ਕਰਨ ਨੂੰ, ਲੇਕਿਨ ਉਹ ਮੇਰਾ ਇੱਕ ਮਾਮਲਾ ਤਾਂ ਇੱਥੇ ਇਸ ਤਰ੍ਹਾਂ ਦੇ ਨੇ ਕਿ ਮੈਂ ਇੱਥੇ ਫਸਿਆ ਥੋੜ੍ਹਾ ਜਿਹਾ। ਇਹ ਕੁਛ ਇੱਥੋਂ ਦੇ ਪੈਸੇ ਦੇਣੇ ਕਿਸੇ ਦੇ ਕਿਉਂ ਫਸੇ? ਕੇਸ ਆ ਤੇਰੇ 'ਤੇ ਕੋਈ ਇੱਥੇ? ਉਹ ਬਸ ਇਤਨਾ ਜਾਂ ਇਸ 'ਤੇ ਆ ਰਹੀ ਹੈ ਤੂੰ, ਮਤਲਬ ਕਿ ਯਾਰ ਉਨਾ ਹੀ ਨਿਕਲ ਸਕਦਾ, ਫੜ ਲੈਣਗੇ ਪੁਲਿਸ ਵਾਲੇ। ਯਾਰ ਕੋਈ ਸਿਲਮੇ ਸਤਾਰੇ ਦਾ ਆਰਡਰ ਬਹੁਤ ਮਿਲ ਗਿਆ ਤੁਹਾਨੂੰ ਵੀ ਨਹੀਂ ਮੈਂ ਸੂਟ ਦੇਣੇ ਆ ਅਗਲਿਆਂ ਦਾ ਵਿਆਹ ਭਾਈ ਮੈਂ ਨਹੀਂ ਜਾਣਾ। ਅੱਛਾ, ਮੈਂ ਨਾ ਲਾਹੌਰ ਜਾਣ ਨੂੰ ਦਿਲ ਬੜਾ ਕਰਦਾ, ਲੇਕਿਨ ਫੈਸਲਾਬਾਦ ਦੇ ਵਿੱਚ ਨਾ ਇੱਥੋਂ ਦੀ ਆਵਾਮ, ਇੱਥੋਂ ਦੇ ਲੋਕ ਜਿਹੜੇ ਮੇਰੇ ਨਾਲ ਇੰਨਾ ਕੁ ਪਿਆਰ ਮੁਹੱਬਤ ਕਰਦੇ, ਮੁਹੱਬਤ ਇਸ ਤਰ੍ਹਾਂ ਦੀ ਕਰਦੇ, ਜਦੋਂ ਮੈਂ ਪਹਿਲੀ ਐਂਟਰੀ ਅੰਦਰ ਵੜਦਾ ਵਾਂ ਨਾ, ਯਕੀਨ ਕਰੋ ਕਿ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਕਿ ਜਿਵੇਂ ਇੱਕ ਵੱਡਾ ਬੰਦਾ ਹੁੰਦਾ ਨਾ ਵੀ ਬਿਲਫਰ। ਨਹੀਂ ਨਹੀਂ, ਤੁਸੀਂ ਇੱਥੇ ਮਾਸ਼ਾਅੱਲਾ ਫੈਸਲਾਬਾਦ 'ਚ ਤੁਸੀਂ ਸੁਪਰ ਸਟਾਰ ਹੋ, ਤੁਹਾਡੀ ਰਿਸੈਪਸ਼ਨ ਤੋਂ ਪਤਾ ਲੱਗ ਜਾਂਦਾ ਕਿ ਲੋਕ ਤੁਹਾਡੇ ਨਾਲ ਕਿੰਨੀ ਮੁਹੱਬਤ ਕਰਦੇ ਆ। ਨਹੀਂ ਤਾਂ ਮਤਲਬ ਫਨਕਾਰਾਂ ਦੇ ਨਾਲ ਕੰਮ ਤਾਂ ਤੁਸੀਂ ਕੀਤਾ ਨਾ, ਇੱਥੇ ਵੀ ਹੋਇਆ, ਲਾਹੌਰ ਵੀ ਕੀਤਾ, ਕਿਹੜੇ ਕਿਹੜੇ ਆਰਟਿਸਟ ਨਾਲ ਕੰਮ ਕੀਤਾ? ਮੈਂ ਅਲਹਮਦੁਲਿਲਾ ਸਾਰਿਆਂ ਨੇ ਕੀਤਾ, ਸਿਰਫ ਸੇਲ ਅਹਿਮਦ ਸਾਹਿਬ ਨਾਲ ਮੈਂ ਅੱਜ ਤੱਕ ਨਹੀਂ ਕੰਮ ਕਰ ਸਕਿਆ, ਕਿਉਂਕਿ ਉਹ ਛੱਡ ਗਏ ਨੇ ਥੀਏਟਰ। ਹਾਂ, ਛੱਡ ਗਏ ਨੇ ਥੀਏਟਰ, ਫਿਰ ਇਸ ਕਰਕੇ ਉਹਨਾਂ ਤੋਂ ਇਲਾਵਾ ਨਾ ਜਿੰਨੇ ਵੀ ਆਪਣੇ ਫੀਲਡ ਦੇ ਵਿੱਚ ਨੇ ਸਟੇਜ, ਤਾਰਕ ਟੈੜੀ ਸਭ ਨਾਲ ਕੰਮ ਕੀਤਾ ਹੈ। ਅਤੇ ਸਰਦਾਰ ਸਾਹਿਬ ਨੇ ਮੇਰਾ ਜਿਹੜਾ ਨਾ, ਮੈਂ ਸਭ ਤੋਂ ਪਹਿਲਾ ਸੀਨੀਅਰ ਮੇਰੇ ਸਰਦਾਰ ਕਮਾਲ ਸਾਹਿਬ ਨੇ, ਜਿਨ੍ਹਾਂ ਨੇ ਮੇਰਾ ਝਾਕਾ ਜਿਹੜਾ ਨਾ ਹਲਕਾ ਜਿਹਾ ਖਿਲਾਇਆ ਕਿ ਯਾਰ ਸੀਨੀਅਰ ਬੰਦੇ ਨੂੰ ਗੱਲ ਵੀ ਜਿਹੜੀ ਨਾ ਕਰੋ। ਮੇਰਾ ਫਿਰ ਮੈਂ ਸਾਰੇ ਫਨਕਾਰਾਂ ਨਾਲ ਕੰਮ ਕੀਤਾ,
ਮੇਰੇ ਕੋਲ ਕੋਈ ਗਲਤੀ ਗੁਸਤਾਖੀ ਮੇਰੇ ਕੋਲ ਕੋਈ ਗੱਲ ਐਸੀ ਕਿਸੇ ਬੰਦੇ ਸੀਨੀਅਰ ਨੂੰ ਹੋ ਗਈ ਹੋਵੇ ਤੇ ਮਾਫ ਕਰ ਦੇਣ ਤੇ ਮੈਨੂੰ ਮਾਫ ਕਰ ਦੇਣਾ ਕੰਮ ਛੱਡਣ ਲੱਗੇ ਰਾਸ਼ਦ ਕਮਾਲ ਸਾਹਿਬ ਅਜੇ ਤੇ ਬੜੀ ਦੂਰ ਮੰਜ਼ਿਲ ਤੁਹਾਡੀ ਮਾਸ਼ਾਅੱਲਾ ਤੁਸੀਂ ਬਹੁਤ ਅੱਗੇ ਜਾਣਾ ਹੈ ਚਲੋ ਲੇਕਿਨ ਜਿਹੜੇ ਅੱਲਾਹ ਤੁਹਾਡੇ ਫਨ ਨੂੰ ਸਲਾਮਤ ਰੱਖੇ ਇਸੇ ਤਰੀਕੇ ਨਾਲ ਮੈਂ ਕਹਿੰਦਾ ਕਿ ਦੁਨੀਆ 'ਤੇ ਤੁਸੀਂ ਡਰਾਮਾ ਕਰ ਲਓ ਅਸੀਂ ਜਦੋਂ ਫੈਸਲਾਬਾਦ ਡਰਾਮਾ ਕੀਤਾ ਹੈ ਨਾ ਤੇ ਇੱਥੋਂ ਮੋਹਰ ਲੱਗਦੀ ਹੁੰਦੀ ਸੀ ਕੱਪੜੇ ਨੂੰ ਵੀ ਅਤੇ ਫਨਕਾਰ ਨੂੰ ਫਨਕਾਰ ਵੀ ਇੱਕੋ ਅੱਜ ਕੱਲ੍ਹ ਥੋੜ੍ਹਾ ਜਿਹਾ ਮਤਲਬ ਆਮ ਹੋ ਗਿਆ ਇਹ ਕੰਮ ਅਤੇ ਆਪਣਾ ਭਰਾ ਜਿਹੜਾ ਇਸ ਵੇਲੇ ਫੈਸਲਾਬਾਦ ਦਾ ਮੁੰਡਾ ਹਿੱਟ ਹੈ ਜਾਨੀ ਹੈ ਸਜਾਦ ਉਹਦੇ ਸ਼ੋਅ 'ਚ ਵੀ ਤੁਸੀਂ ਬੈਠੇ ਹੁੰਦੇ ਹੋ ਹਾਂ ਬਿਲਕੁਲ ਉਹਨੇ ਤਾਂ ਜੋ ਜਾਣ ਉਹਨੇ ਤਾਂ ਜੁਗਤਾਂ ਰੇਹੜੀ 'ਤੇ ਲਾਤੀਆਂ ਉਹ ਬੰਦਾ ਇਸ ਤਰ੍ਹਾਂ ਦਾ ਹੋਇਆ ਯਕੀਨ ਕਰੋ ਉਹਨੇ ਬੰਦੇ ਪੁੱਠੇ ਕਰ ਝਾੜੇ ਆ ਵੀ ਤੇਰੇ ਅੰਦਰ ਜਿੰਨੀਆਂ ਜੁਗਤਾਂ ਸਾਰੀਆਂ ਕੱਢਦੇ ਉਰੇ ਐਂ ਕਰਕੇ ਨਾ ਉਹਨੂੰ ਗੱਲਾਂ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨੇ ਕੋਈ ਕੰਮ ਇਸ ਤਰ੍ਹਾਂ ਦਾ ਵਾ ਕਿ ਉਹ ਅਗਲੇ ਕੋਈ ਗੱਲ ਕਢਾ ਲੈਂਦੇ ਹਾਂ ਜਾਣੀ ਉਹਦੇ ਕੋਲ ਜਿੰਨੀ ਫਸੀ ਗੱਲਾਂ ਨਾ ਸਾਰੀਆਂ ਉਹਨੇ ਮੁਕਾ ਲਈਆਂ ਵਾ ਮੁੜ ਕੇ ਉਹ ਕਿਤੇ ਗੱਲ ਕਰਨ ਜੋਗਾ ਨਹੀਂ ਰਿਹਾ ਅਗਲੇ ਕੋਲ ਗੱਲ ਵੀ ਕਢਾ ਲੈਂਦਾ ਪੈਸੇ ਵੀ ਕਢਾ ਲੈਂਦਾ ਰੋਟੀ ਵੀ ਕਢਾ ਲੈਂਦਾ ਰਾਸ਼ਦ ਮਾਸ਼ਾਅੱਲਾ ਅੱਲਾ ਨੇ ਇੱਜ਼ਤ ਦੇ ਦਿੱਤੀ ਸ਼ੁਕਰ ਹੁਣ ਤੁਸੀਂ ਖੋਣੀ ਹੈ ਮੇਰੇ ਤੋਂ ਮੈਨੂੰ ਦੱਸ ਦਿਓ ਨਹੀਂ ਮੈਂ ਕਦੇ ਲਈ ਖੋਣੀ ਇੱਜ਼ਤ ਕੋਈ ਕੁਛ ਕੋ ਖੋ ਨਹੀਂ ਸਕਦਾ ਗੰਨਾ ਕੋ ਗੰਨ ਪੁਆਇੰਟ 'ਤੇ ਹੈ ਇਹ ਜ਼ਾਹਦੇ ਕਿ ਇੱਜ਼ਤ ਹੀ ਆ ਜਿਹੜੀ ਬੰਦੇ ਦੇ ਕੋਲ ਰਹਿੰਦੀ ਬਾਕੀ ਹਰ ਚੀਜ਼ ਲੈ ਜਾਂਦੇ ਅਗਲੇ ਬਾਕੀ ਕੋਈ ਵੀ ਨਹੀਂ ਛੱਡਦੇ ਭਾਅ ਜੀ ਹਾਲਾਂਕਿ ਤੇਰੇ ਵਰਗੇ ਬੰਦੇ ਨਾ ਪ੍ਰਾਹੁਣਾ ਚੜਾਉਣ ਗਏ ਨਾ ਬੱਸ 'ਤੇ ਆਪ ਚੜ ਜਾਂਦੇ ਪ੍ਰਾਹੁਣਾ ਉੱਥੇ ਖਲੋਤਾ ਔਰ ਬੜੀ ਖੁਸ਼ੀ ਹੁੰਦੀ ਸਰ ਤੁਹਾਨੂੰ ਚੈਨਲ 'ਤੇ ਦੇਖ ਕੇ ਟੀ ਵੀ 'ਤੇ ਦੇਖ ਅੱਛਾ ਤੇਰੇ ਵਰਗਾ ਬੰਦਾ ਕਹਿੰਦਾ ਨਹੀਂ ਮੈਨੂੰ ਕਿੰਨੋ ਦੇ ਛਿਲਕੇ ਦੇ ਦਿਓ ਮੈਂ ਅੱਖਾਂ 'ਚ ਪਾਉਣੇ ਆਇਆ ਕਰ ਤੁਹਾਡੇ ਵਰਗੇ ਕਹਿੰਦੇ ਅੱਧਾ ਅੱਧਾ ਕਿੰਨੂ ਆਉਂਦਾ ਨਾ ਉਹ ਤਾਂ ਪੂਰਾ ਛਿੱਲ ਲਾ ਕੇ ਮੈਨੂੰ ਦੇ ਤਾਂ ਮੈਂ ਟੋਪੀ ਬਣਾਉਣੀ ਉਹਦੀ ਜਾਂ ਤੁਹਾਡੇ ਵਰਗੇ ਬੜੇ ਰਾਜ਼ੀ ਹੋਣਗੇ ਕਹਿੰਦਾ ਕਿੰਨੂ ਜਿਹੜਾ ਜਿਹਦਾ ਜੂਸ ਕੱਢਿਆ ਹੁੰਦਾ ਨਾ ਉਹਦਾ ਲੈਣ ਕੇ ਛਿੱਲਣਾ ਵੀ ਜਦੋਂ ਸੁੱਕਣਾ ਨਾ ਦੀ ਮੈਂ ਤੱਕੜੀ ਬਣਾਊਂਗਾ ਤੇਰੇ ਵਰਗੇ ਬੰਦਾ ਕਿੰਨੂ ਵਾਲਿਆਂ ਨਾਲ ਲੜ ਰਿਹਾ ਹੁੰਦਾ ਕਿਉਂ ਭਾਅ ਜੀ ਉਹਨੇ ਵੀ ਲੈ ਉਹਦੀਆਂ 10 ਫਾੜੀਆਂ ਨਿਕਲੀਆਂ ਮੇਰੀਆਂ 7 ਵਾਪਸ ਕਰ ਲਓ ਭਾਅ ਜੀ ਸੁਣਿਆ ਇੱਕ ਵਾਰੀ ਤੁਸੀਂ ਕੇਲਾ ਛਿੱਲਿਆ ਤੁਹਾਨੂੰ ਕੱਲੀਆਂ ਪੈ ਗਈਆਂ ਸਹੀ ਗੱਲ ਹੈ ਇੱਕ ਵਾਰੀ ਤੁਹਾਡਾ ਹੀ ਪਤਾ ਲੱਗਿਆ ਤੁਹਾਨੂੰ ਕਿਸੇ ਨੇ ਸ਼ਵਾਰਮਾ ਦਿੱਤਾ ਤੁਸੀਂ ਫੜ ਕੇ ਉਹਨੂੰ ਪੋਲਾ ਕਰਨ ਲੱਗ ਗਏ ਮੈਨੂੰ ਵੀ ਪਤਾ ਲੱਗਾ ਇੱਕ ਬੰਦਾ ਸ਼ਵਾਰਮਾ ਬੰਦ ਕਰਨ ਲੱਗਿਆ ਤੂੰ ਭਜਾਇਆ ਮੈਨੂੰ ਮੂੰਹ ਵਹਾ ਦੇ ਮੈਨੂੰ ਮੂੰਹ ਵਹਾ ਦੇ ਤੂੰ ਬਿਲੇ ਤੋਂ ਫਲਾਉਣ ਲੱਗੇ ਤੁਹਾਡਾ ਹੀ ਪਤਾ ਲੱਗਿਆ ਇੱਕ ਵਾਰੀ ਸ਼ਵਾਰਮਾ ਲੈ ਕੇ ਰੋਹ ਵਾਲੇ ਵੇਲਣੇ 'ਤੇ ਚਲੇ ਗਏ ਕਹਿੰਦੇ ਮੇਰੇ ਕੋਲ ਚੱਬਿਆ ਨਹੀਂ ਜਾਣਾ ਤਾਂ ਜੂਸ ਕੱਢ ਦਿਓ ਮੈਨੂੰ ਸੁਣਿਆ ਤੁਸੀਂ ਵੀ ਗੰਨੇ ਵਾਲੇ ਕੋ ਗਿਆ ਭਾਅ ਜੀ ਆ ਫੋਕ ਸੁੱਟਣਾ ਨਾ ਮਿੰਦੇ ਦੇਣਾ ਮੈਂ ਫੋਕ ਗਾਉਂਦਾ ਜਾਣੀ ਫੋਕ ਇਕੱਠਾ ਕਰ ਰਿਹਾ ਮੈਨੂੰ ਪਤਾ ਲੱਗਾ ਧੁੰਦ 'ਚ ਤੁਹਾਨੂੰ ਬਹੁਤ ਚਪੇੜਾਂ ਪਈਆਂ ਪਿੱਛੇ ਉਹ ਬਾਅਦ 'ਚ ਪਤਾ ਲੱਗਾ ਸੋਰੀ ਯਾਰ ਮੈਂ ਆਪਣੇ ਮੁੰਡੇ ਨੂੰ ਮਾਰਨਾ ਤੈਨੂੰ ਮਾਰਤਾ ਕਈ ਮੂੰਹ ਹੁੰਦੇ ਨਜ਼ਰ ਆ ਜਾਂਦੇ ਜਿਹੜਾ ਤੁਹਾਡਾ ਮੂੰਹ ਆ ਤੁਹਾਡੇ 'ਤੇ ਚੜ੍ਹਨਾ ਯਕੀਨ ਕਰੋ ਚੰਡ ਵੀ ਨਿਸ਼ਾਨਾ ਬਿੰਨ ਕੇ ਮਾਰਨੀ ਪੈਣੀ ਕਿਉਂਕਿ ਨਿਕਾ ਜਿਹਾ ਮੂੰਹ ਹਾਂ ਇਹ ਦੂਰੋਂ ਇਹ ਧੁੰਦ 'ਚ ਮੈਂ ਵੱਜਣ ਹਾਂ ਧੁੰਦ 'ਚ ਵੱਜ ਜਾਂਦੇ ਹੋ ਤੁਸੀਂ ਸੁਣਿਆ ਮੋਟਰਵੇ 'ਤੇ ਤੁਸੀਂ ਚੜ੍ਹਨ ਲੱਗਿਆ ਕਿਉਂ ਮੇਰੇ ਕੋਲ ਇੱਥੋਂ ਪੈਸੇ ਲੈ ਲਓ ਮੇਰੇ ਕੋਲ ਰਾਜ ਖਰਚੇ ਜਾਣੇ ਇਹ ਸਹੀ ਗੱਲ ਹੈ ਮੋਟਰਵੇ 'ਤੇ ਜਾਣੇ ਪਹਿਲੇ ਕਾਰਡ ਕਰਾ ਦਿੱਤਾ ਅੱਛਾ ਰਾਸ਼ਦ ਕਮਾਲ ਸਾਹਿਬ ਮੇਰੇ ਨਾਲ ਮੇਰੇ ਪਾਰਟਨਰ ਨੇ ਇਸ ਚੈਨਲ 'ਚ ਜੀ ਜੀ ਆਪਣਾ ਰਾਣਾ ਸ਼ਫਕਤ ਹਾਂਜੀ ਉਹ ਵੀ ਫੈਸਲਾਬਾਦ ਦੇ ਨੇ ਅੱਜ ਕੱਲ੍ਹ ਬਾਰਸਲੋਨਾ ਹੁੰਦੇ ਨੇ ਉਹਨਾਂ ਦਾ ਭਰਾ ਇੱਕ ਸ਼ੈਤੀ ਹਾਂਜੀ ਹਾਂਜੀ ਸ਼ੈਤੀ ਦੇ ਵੱਡੇ ਭਾਈ ਨੇ ਅਤੇ ਸ਼ੈਤੀ ਵੀ ਬਹੁਤ ਜੁਗਤਾਂ ਕਰਦਾ ਸੀ ਅਤੇ ਰਾਣਾ ਸਾਹਿਬ ਵੀ ਬਹੁਤ ਕਰਦੇ ਉਹ ਬਾਰਸਲੋਨਾ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਕੁਛ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਅਸਲਾਮ ਵਾਲੇਕੁਮ ਮੈਂ ਉਹਨਾਂ ਦਾ ਦੋਵਾਂ ਭਰਾਵਾਂ ਦੇ ਨਾਲ ਮੇਰਾ ਉਹਨਾਂ ਦਾ ਬੜਾ ਪਿਆਰ ਹੈ ਮੇਰਾ ਇਹ ਦੋਵੇਂ ਬੰਦੇ ਉਹ ਨੇ ਕਿ ਜਿਹੜੇ ਸਾਡੇ ਜਿਵੇਂ ਸਟਾਰਟ ਦੇ ਵਿੱਚ ਅਸੀਂ ਕੰਮ ਸ਼ੁਰੂ ਕੀਤਾ ਨਾ ਇਹ ਬੰਦੇ ਉਦੋਂ ਬੜੇ ਹਿੱਟ ਸੀ ਜਾਣੀ ਇਹਨਾਂ ਦੀ ਗੱਲ ਬੜੀ ਅੱਛੀ ਹੁੰਦੀ ਸੀ ਆਮ ਲੋਕਾਂ ਨਾਲੋਂ ਨਾ ਹਟਵੀਂ ਜੀ ਗੱਲ ਕਰਦੇ ਸੀ ਇਹ ਤਾਂ ਹਰ ਬੰਦੇ ਨੂੰ ਆਪਣੇ ਨਾਲ ਮਤਵੱਜੋ ਕਰ ਲੈਂਦੇ ਸੀ ਕਿ ਯਾਰ ਇਹ ਬੰਦੇ ਜਿਹੜੀ ਗੱਲ ਕਿੱਦਾਂ ਦੀ ਕਰਦੇ ਨੇ ਜਾਂ ਸ਼ਫਕਤ ਸਾਹਿਬ ਨੇ ਉਹ ਬਾਹਰ ਚਲੇ ਗਏ ਨੇ ਅੱਲਾ ਖੈਰ ਕਰੋ ਉਹਨੇ ਸ਼ੈਤੀ ਖਾਨ ਵੀ ਬਾਹਰ ਸੱਦ ਲਿਆ ਉਹਨੂੰ ਪਤਾ ਸੀਗਾ ਕਿ ਯਾਰ ਇਹਨਾਂ ਦਾ ਕੰਮ ਇੱਥੇ ਤਾਂ ਨਹੀਂ ਹੈ ਇਹ ਬਾਹਰ ਹੀ ਕਿਤੇ ਕਰਨਾ ਬਾਹਰ ਹੁਣ ਦੋਵੇਂ ਭਰਾ ਜੰਜਾਂ ਮੰਗਦੇ ਤੁਹਾਨੂੰ ਪਤਾ ਇਸ ਕਰਕੇ ਮੰਗਦੇ ਹੋਣਗੇ ਤਾਂ ਬੜੇ ਖੂਬਸੂਰਤ ਤਰੀਕੇ ਨਾਲ ਮੰਗਦੇ ਹੋਣੇ ਇੰਗਲਿਸ਼ ਦੇ ਵਿੱਚ ਹਾਂਜੀ ਓਏ ਉੱਥੇ ਉਹਨਾਂ ਨੇ ਚਮੋਟਾ ਬਣਾ ਲਿਆ ਇੰਗਲਿਸ਼ ਨਹੀਂ ਬੋਲਦੇ ਉੱਥੇ ਸਪੈਨਿਸ਼ ਬੋਲਦੇ ਆ ਅੱਛਾ ਉੱਥੇ ਚਮੋਟਾ ਉੱਥੇ ਕਾਹਦਾ ਉੱਥੇ ਵੀ ਚਮੜੇ ਦਾ ਕਿ ਉੱਥੇ ਕਿਸੇ ਹੋਰ ਸ਼ਹਿਰ ਦਾ ਬਣਿਆ ਨਹੀਂ ਉਹ ਚਮੜਾ ਹੀ ਹੁੰਦਾ ਜ਼ਰਾ ਉਹ ਅੱਛਾ ਲੈਦਰ ਹੁੰਦਾ ਅੱਛਾ ਉਹਦੀ ਇੱਕੋ ਆਵਾਜ਼ ਬੜੀ ਡੁੰ ਡੁੰ ਹੁੰਦਾ ਆਮ ਤਾਂ ਵਜ੍ਹਾ ਨਾਲ ਆ ਆ ਉਹਦੀ ਬਾਬਾ ਡੂ 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 ਬਾਹਰ ਦੇ ਤੁਹਾਨੂੰ ਪਤਾ ਚਮੋਟਾ ਜਦੋਂ ਤੁਸੀਂ ਸਟੇਜ ਦੇ ਉੱਤੇ ਇੱਕਦਮ ਆ ਕੇ ਸਲਿੱਪ ਮਾਰਦੇ ਹੋ ਉਹ ਕੀ ਚੱਕਰ ਹੈਗਾ ਕੋਈ ਮਤਲਬ ਉਹ ਭਾਅ ਜਾਨ ਮੈਨੂੰ ਸਟਾਈਲ ਹੈ ਤੁਹਾਡਾ ਕਿ ਸਟਾਈਲ ਐਵੇਂ ਇੱਕ ਡਰਾਮੇ ਦੇ ਵਿੱਚ ਹੋਇਆ ਵਾ ਉਹ ਕਦੀ ਡਿੱਗ ਪਿਆ ਉਹ ਐਵੇਂ ਥਾਂਕ ਬੜੀ ਜਗ੍ਹਾ 'ਤੇ ਇਸ ਤਰ੍ਹਾਂ ਦਾ ਅਕਸਰ ਜਿਹੜੀ ਤੁਹਾਨੂੰ ਪਤਾ ਕਿ ਜਿਹੜੀ ਉਹ ਸਾਊਂਡ ਦੀ ਤਾਰ ਜਿਹੜੀ ਵਿੱਚ ਪਈ ਹੁੰਦੀ ਹੈ ਅਤੇ ਬੜੀ ਵਾਰੀ ਇੱਦਾਂ ਦਾ ਕੰਮ ਹੋਇਆ ਅਤੇ ਐਵੇਂ ਭਾਬੀ ਨੂੰ ਆ ਕੇ ਕਿਹਾ ਵੀ ਮੇਰੇ ਜ਼ਰਾ ਇੱਥੇ ਸੇਕ 'ਤੇ ਕਰਦੇ ਮੈਂ ਕਿਹਾ ਹੋਰ ਲੈ ਪੰਗੇ ਤੈਨੂੰ ਕੌਣ ਕਹਿੰਦਾ ਉਹਨੂੰ ਪਤਾ ਵੀ ਬਾਹਰ ਕੀ ਕਰਦਾ ਵਾ ਜਾਣੀ ਕਿ ਮੈਂ ਘਰ ਦੇ ਵਿੱਚ ਮੁਕੰਮਲ ਇੱਕ ਜਿਹੜਾ ਹੁੰਦਾ ਨਾ ਬੰਦਾ ਉਹ ਸੀਰੀਅਸ ਇਨਸਾਨ ਸੀਰੀਅਸ ਇਨਸਾਨ ਹਾਏ ਹਾਏ ਅਤੇ ਉਹ ਮੇਰੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦਾ ਨਾ ਕਿ ਮੇਰਾ ਉਹ ਕੰਮ ਨਾ ਵੇਖਣ ਨਹੀਂ ਭਾਬੀ ਨੂੰ ਪਤਾ ਵੀ ਨਹੀਂ ਤੁਸੀਂ ਜੁਗਤਾਂ ਕਰਦੇ ਹੋ ਜਾਂ ਲੋਕਾਂ ਨੂੰ ਹਸਾਉਂਦੇ ਹੋ ਨਹੀਂ ਉਹਨਾਂ ਨੂੰ ਜਦੋਂ ਘਰ ਦੇ ਵਿੱਚ ਖੁੱਲ੍ਹਾ ਰਾਸ਼ਨ ਆਉਣ ਲੱਗ
ਅਸੀਂ ਬਣਵਾਇਆ ਕਿ ਤੁਹਾਡੇ ਘਰ ਪਿਆ ਰਹੇਗਾ ਅਤੇ ਤੁਹਾਨੂੰ ਅਲਬੇਲਾ ਟੀ ਵੀ ਦੀਆਂ ਯਾਦਾਂ ਆਉਣਗੀਆਂ। ਇਹ ਕੱਪ ਤੁਹਾਨੂੰ ਅਸੀਂ ਗਿਫਟ ਕਰਨੇ ਹਾਂ। ਗਿਫਟ ਕਰਤਾ ਕੀ, ਦੁਕਾਨ ਛੱਡਣ ਲੱਗੇ ਯਾਰ? ਦੁਕਾਨ ਤਾਂ ਕਦੋਂ ਦੀ ਛੱਡੀ ਹੈ, ਦੁਕਾਨ ਛੱਡੀ, ਲੇਕਿਨ ਉਦੋਂ ਤਾਂ ਨਹੀਂ ਐਡੇ ਐਡੇ ਕੱਪ ਚੱਲਦੇ, ਉਦੋਂ ਤਾਂ ਐਨ ਨਿੱਕੇ ਨਿੱਕੇ ਕੱਪ ਚੱਲਦੇ ਹੁੰਦੇ, ਯਕੀਨ ਕਰਕੇ ਉਂਗਲੀ ਵੀ ਨਹੀਂ ਸੀ ਵਿੱਚ ਪੈਂਦੀ ਉਹਦੀ ਡੰਡੀ ਦੇ, ਨਾ ਬਾਹਰੋਂ ਡੰਡੀ ਫੜਨੀ ਪੈਂਦੀ ਸੀ ਐਂ ਕਰਕੇ। ਨਹੀਂ ਦੌਰ ਚੇਂਜ ਹੋ ਗਿਆ ਨਾ ਹੁਣ, ਹੁਣ ਦੇਖੋ ਨਾ ਚਾਰ ਉਂਗਲਾਂ ਪੂਰੀਆਂ ਆ, ਬੰਦਾ ਫਰੈਸ਼ ਹੋ ਕੇ, ਮੂੰਹ ਛੋਟਾ ਅਤੇ ਕੱਪ ਵੱਡਾ, ਕੱਪ ਵੱਡਾ ਹੋ ਗਿਆ। ਲਓ ਜੀ, ਚਲੋ ਜੇ ਕੱਪ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਸਾਨੂੰ ਪੀਣ ਵਾਲੇ ਨੂੰ ਸ਼ਰਮ ਚਾਹੀਦੀ। ਚਲੋ ਮਿਹਰਬਾਨੀ। ਲਓ ਜੀ, ਇਹ ਮੇਰੇ ਵਾਸਤੇ ਇਨਸ਼ਾਅੱਲਾ ਸਾਰੀ ਜ਼ਿੰਦਗੀ ਮੇਰੇ ਘਰ ਪਿਆ ਰਹੋ, ਕੋਈ ਟੁੱਟੇ ਨਾ, ਕੋਈ ਨਿਆਣਾ ਨਾ ਸੁੱਟੇ ਨਾ ਇਹਨੂੰ, ਲੇਕਿਨ ਮੈਂ ਇਨਸ਼ਾਅੱਲਾ ਆਪਣੀ ਤੁਹਾਡੀ ਯਾਦ ਸਮਝ ਕੇ ਆਪਣੇ ਘਰ ਰੱਖਾਂਗਾ। ਨਹੀਂ ਤੋੜ ਵੀ ਦੇਣ, ਕੋਈ ਐਸੀ ਗੱਲ ਨਹੀਂ, ਮੈਨੂੰ ਫੋਨ ਕਰਦਾ, ਮੈਂ ਦੋ ਦਰਜਨਾ ਹੋਰ ਲੈ ਜਾਂਦਾ। ਅੱਛਾ ਜੀ, ਤੁਹਾਨੂੰ ਬਸ ਸਟੋਵ ਲਾ ਲਓ, ਇੱਕ ਦੇਜਗਾ ਜਿਹਾ ਲੈ ਲਓ, ਆਪਣੀ ਦੁਕਾਨ ਪਾ ਲਓ ਸੋਹਣੀ। ਨਹੀਂ ਵੈਸੇ ਤਾਂ ਖੂਬਸੂਰਤ, ਅਗਰ ਤੁਹਾਨੂੰ ਚੈਨਲ ਦੇ ਲੋਕ ਸਬਸਕ੍ਰਾਈਬਰ ਤੁਹਾਡੇ ਕੋਲ ਚਾਹ ਮੰਗਣ ਤਾਂ ਫਿਰ ਤੁਹਾਨੂੰ ਪਜਾਇਆ ਕਰੋਗੇ ਚਾਹ? ਬਿਲਕੁਲ ਨਹੀਂ, ਅਸੀਂ ਪਿਆਵਾਂਗੇ ਚਾਹ, ਕਿਉਂ ਨਹੀਂ? ਚਾਹ ਦੇ ਵਿੱਚ ਬੜੀ ਚਾਹਤ ਹੁੰਦੀ ਹੈ। ਬਿਲਕੁਲ ਜੀ, ਵਿੱਚ ਚੀਨੀ ਪੱਤੀ ਤਾਂ ਹੁੰਦੀ ਹੁੰਦੀ, ਚਾਹਤ ਆ ਹੀ ਜਾਂਦੀ ਭਾਅ ਜਾਨ। ਅਗਰ ਤੁਸੀਂ ਇਹਦੇ ਕਿਨਾਰੇ ਦੇ ਉੱਤੇ ਥੋੜ੍ਹੀ ਜਿਹੀ ਕਢਾਈ ਕੱਢ ਲਓ ਨਾ, ਬਹੁਤ ਸੋਹਣਾ ਲੱਗੇ। ਕਿਨਾਰਾ ਤਾਂ ਵੈਸੇ ਟੁੱਟ ਜਾਣਾ ਹੁੰਦਾ ਕਿਉਂਕਿ ਤੁਸੀਂ ਹੁਣ ਆਖਰੀ ਕਿਨਾਰਿਆਂ 'ਤੇ। ਦੇਖੋ ਜੀ, ਮੈਂ ਤਾਂ ਕਿਨਾਰੇ ਦੀ ਤਲਾਸ਼ ਹੈ, ਜਦੋਂ ਕਿਨਾਰਾ ਮਿਲ ਗਿਆ ਨਾ, ਉਦੋਂ ਹਰ ਸ਼ਾਇਦ। ਨਹੀਂ, ਕਿਨਾਰਾ ਨਹੀਂ ਮਿਲਦਾ, ਇਸ ਕੰਮ ਦਾ ਕਿਨਾਰਾ ਹੈ ਹੀ ਨਹੀਂ, ਇਹ ਸਮੁੰਦਰ ਹੈ। ਅੱਛਾ ਜੀ, ਇਹਦੇ ਵਿੱਚ ਬੰਦਾ ਜਾਂਦਾ ਪਤਾ ਨਹੀਂ ਕਿੱਧਰ ਨਿਕਲ ਜਾਂਦਾ, ਕਿੱਧਰ ਦਾ ਕਿੱਧਰ ਨਿਕਲ ਜਾਂਦਾ, ਕਿਨਾਰੇ 'ਤੇ ਨਹੀਂ ਜਾਂਦਾ। ਬਿਲਕੁਲ, ਕਿਨਾਰੇ 'ਤੇ ਫਿਰ ਉਦੋਂ ਜਾਂਦਾ ਵੀ, ਇੱਕੋ ਵਾਰੀ ਜਾਂਦਾ ਮੁੜ ਕੇ ਨਹੀਂ ਆਉਂਦਾ। ਹਾਏ ਹਾਏ, ਤੁਸੀਂ ਬਾ ਕਮਾਲ ਫਨਕਾਰ ਹੋ, ਅੱਲਾ ਨੇ ਤੁਹਾਡੇ ਅੰਦਰ ਜਿਹੜੀ ਸਲਾਹੀਅਤ ਪਾਈ ਹੈ, ਲੋਕ ਤੁਹਾਡੇ ਤੋਂ ਬੜਾ ਮੁਤਾਸਰ ਨੇ। ਤੁਸੀਂ ਸਟੇਜ 'ਤੇ ਜਾਂਦੇ, ਤੁਹਾਨੂੰ ਪਤਾ ਲੱਗ ਜਾਂਦਾ ਲੋਕ ਕਿੰਨੀ ਮੁਹੱਬਤ ਕਰਦੇ ਆ। ਸ਼ੁਕਰੀਆ ਲੋ। ਅਤੇ ਤੁਹਾਡਾ ਆਪਣਾ ਵੀ ਚੈਨਲ ਹੈਗਾ ਯੂਟਿਊਬ ਮੇਰਾ ਖਿਆਲ? ਹਾਂਜੀ ਸਰ, ਮੇਰਾ ਆਪਣਾ ਵੀ ਚੈਨਲ ਹੈ। ਉਹ ਬਸ ਤੁਹਾਨੂੰ ਪਤਾ ਕਿ ਹਰ ਫਨਕਾਰ ਦੀ ਕੋਸ਼ਿਸ਼ ਹੁੰਦੀ ਕਿ ਯਾਰ ਮੈਂ ਅੱਗੇ ਤੋਂ ਅੱਗੇ ਵਧਾਂ ਟੀਵੀ ਚੈਨਲਾਂ ਦੇ ਵਿੱਚ। ਤੁਸੀਂ ਤਾਂ ਚਲੋ ਲਾਹੌਰ ਦੇ ਰਹਿਸ਼ ਤੁਹਾਡੀ ਉੱਥੇ ਦੀ, ਇਸ ਕਰਕੇ ਨਾ ਤੁਹਾਨੂੰ ਟੀਵੀ ਕਰਨਾ ਬੜਾ ਸੌਖਾ। ਹੁਣ ਸਾਡੇ ਵਰਗਾ ਬੰਦਾ ਜਿਹੜਾ ਫੈਸਲਾਬਾਦੋਂ ਜਾ ਕੇ ਲਾਹੌਰ ਟੀਵੀ ਕਰਨਾ ਬਹੁਤ ਮੁਸ਼ਕਲ ਆ। ਚਲੋ ਕੰਮ ਵੀ ਮਿਲਦਾ ਹੋਵੇ, ਲੇਕਿਨ ਸਫ਼ਰ 'ਤੇ ਜਿਹੜਾ ਵਾ ਹੁੰਦਾ ਇਹਨੇ ਫਿਰ ਤਾਂ ਵਾਪਸ ਆ ਕੇ ਸ਼ੋਅ ਵੀ ਕਰਨਾ। ਅਤੇ ਇਸ ਕਰਕੇ ਨਾ ਅਸੀਂ ਯੂਟਿਊਬ ਨੇ, ਇਹ ਅੱਲਾ ਪਾਕ ਦੀ ਮਾਲਕ ਨੇ ਬੜਾ ਇਹ ਸਾਡੇ 'ਤੇ ਕਰਮ ਕੀਤਾ ਹੈ, ਖਾਸ ਕਰ ਫਨਕਾਰਾਂ 'ਤੇ। ਅਤੇ ਜਿਹਦੇ ਜਿਹਦੇ ਅੰਦਰ ਟੈਲੈਂਟ ਸੀ, ਉਹ ਬੰਦੇ ਦਾ ਹੁਣ ਟੈਲੈਂਟ ਰੁਕ ਨਹੀਂ ਸਕਦਾ, ਉਹ 2 ਮਿੰਟ ਦੇ ਵਿੱਚ ਸਾਰੀ ਦੁਨੀਆ ਤੱਕ ਚਲੇ ਜਾਂਦਾ। ਇਸ ਤਰ੍ਹਾਂ ਯੂਟਿਊਬ 'ਤੇ ਵੀ ਅਸੀਂ ਚੈਨਲ ਬਣਾਇਆ, ਮੈਂ ਛੋਟਾ ਜਿਹਾ ਆਪਣਾ ਔਫੀਸ਼ੀਅਲ ਮੇਰਾ ਇੱਕ ਚੈਨਲ ਰਾਸ਼ਦ ਕਮਾਲ ਆਰਟਿਸਟ ਦੇ ਨਾਮ ਤੋਂ, ਰਾਸ਼ਦ ਕਮਾਲ ਆਰਟਿਸਟ ਆਰਟਿਸਟ। ਅਤੇ ਉਹ ਫਿਰ ਮੇਰੀ ਜਿਹੜੀ ਜ਼ਾਤੀ ਐਕਟੀਵਿਟੀ ਹੈ, ਜਿੰਨੀ ਵੀ ਸਟੇਜ ਦੇ ਲਿਹਾਜ਼ ਨਾਲ ਜਾਂ ਵਿੰਗ ਦੇ ਪਿੱਛੇ, ਉਹ ਮੈਂ ਛੋਟੀ ਛੋਟੀ ਨਾ ਜਿਹੜੀਆਂ ਉਹਦੇ 'ਚ ਕਲਿੱਪ ਜਿਹੜੇ ਬਣਾ ਕੇ ਸੁੱਟਦਾ ਰਹਿੰਦਾ। ਚਲੋ ਮਿਹਰਬਾਨੀ, ਉਹ ਵੀ ਚੱਲਦਾ ਰਹੇ। ਅਤੇ ਅਲਬੇਲਾ ਟੀ ਵੀ ਤੁਸੀਂ ਦੇਖਦੇ ਹੋ? ਅਲਬੇਲਾ ਟੀ ਵੀ, ਅਲਬੇਲਾ ਟੀ ਵੀ ਦੇ ਦੇਖਣ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ? ਅਲਬੇਲਾ ਟੀ ਵੀ ਦੇ ਦੇਖਣ ਵਾਲਿਆਂ ਨੂੰ ਇਹ ਪੈਗਾਮ ਦੇਵਾਂਗਾ ਕਿ ਪਲੀਜ਼ ਇਹ ਦੇਖਦੇ ਰਹੋ ਤੁਸੀਂ ਇਹ, ਕਿਉਂਕਿ ਅਲਬੇਲਾ ਸਾਹਿਬ ਇਹ ਬੜੀ ਗੱਲ ਆ ਕਿ ਇਹ ਚੈਨਲ ਦੀ ਵਜ੍ਹਾ ਨਾਲ ਇਹਨਾਂ ਦੀ ਅਸੀਂ ਭਰਪੂਰ ਗੱਲਾਂ ਸੁਣ ਸਕਦੇ ਹਾਂ ਇਹਨਾਂ ਦੀਆਂ, ਕਿਉਂਕਿ ਡਰਾਮੇ ਦੇ ਵਿੱਚ ਜਾਂ ਕਿਤੇ ਹੋਰ ਜਗ੍ਹਾ 'ਤੇ ਇਹਨਾਂ ਦੀ ਪੂਰੀ ਗੱਲ ਨਹੀਂ ਤੁਸੀਂ ਸੁਣ ਸਕਦੇ, ਯਾਨੀ ਥੋੜ੍ਹੀ ਜਿਹੀ ਗੱਲ ਕੀਤੀ ਅੱਗੋਂ ਕਿਸੇ ਹੋਰ ਨੇ ਕਰਤੀ ਜਾਂ ਹੋਰ। ਇਹ ਵਾਹਦ ਚੈਨਲ ਹੈ ਜਿੱਥੇ ਸਲੀਮ ਅਲਬੇਲਾ ਸਾਹਿਬ ਦੇ ਜਿੰਨੇ ਵੀ ਫੈਨ ਨੇ, ਸਬਸਕ੍ਰਾਈਬਰ ਨੇ, ਉਹ ਸਾਰੇ ਇਹਨਾਂ ਨੂੰ ਖੁੱਲ੍ਹ ਕੇ ਸੁਣ ਸਕਦੇ ਨੇ। ਅਤੇ ਮੈਂ ਵੀ ਇਸ ਕਰਕੇ ਇਹਨਾਂ ਨੂੰ ਖੁੱਲ੍ਹ ਕੇ ਤੁਹਾਨੂੰ ਇਸ ਤੁਹਾਨੂੰ ਵੇਖਣ ਵਾਸਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਦੇਖਦਾ। ਉਹ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਮੈਂ ਆਪਣੇ ਚੈਨਲ 'ਚ ਤੁਹਾਡੀਆਂ ਵੀ ਕਰ ਦਿੰਦਾ ਵਾਂ, ਔਰ ਤੁਹਾਡੇ ਕੋਲ ਸੁਣ ਕੇ ਵੀ ਕਰ ਲਈਦੀਆਂ ਵਾਂ, ਔਰ ਤੁਹਾਡਾ ਡਰਾਮਾ ਵੇਖ ਕੇ ਉਹਦੇ 'ਚੋਂ ਵੀ ਕੱਢ ਕੇ ਕਰ ਲਈਦੀਆਂ, ਕਿਉਂਕਿ ਤੁਹਾਡੀ ਗੱਲ ਉਹ ਆ ਕਿ ਜਿੱਥੇ ਮਰਜ਼ੀ ਲਾ ਦਿਓ ਉਹਦੇ 'ਚ ਫੈਮਲੀਆਂ ਦੇ ਵਿੱਚ ਵੀ ਗੱਲ ਹੋ ਜਾਣੀ ਆ, ਬਾਹਰ ਅੰਦਰ ਜਿੱਥੇ ਵੀ ਜ਼ਰੂਰਤ ਪਈ ਨਾ ਉੱਥੇ ਅਸੀਂ ਗੱਲ ਤੁਹਾਡੀ ਕਰ ਲਈਦੀ ਹੈ। ਚਲੋ ਮਿਹਰਬਾਨੀ, ਤੁਸੀਂ ਆਬਾਦ ਰਹੋ, ਅੱਲਾ ਪਾਕ ਇਸੇ ਤਰ੍ਹਾਂ ਹੀ ਤੁਹਾਡੇ ਫਨ ਨੂੰ ਹੋਰ ਬੁਲੰਦੀਆਂ 'ਤੇ ਲਿਜਾਵੇ। ਮਿਹਰਬਾਨੀ, ਤੁਸੀਂ ਅਲਬੇਲਾ ਟੀ ਵੀ ਨੂੰ ਟਾਈਮ ਦਿੱਤਾ। ਅਤੇ ਕਦੀ ਇਸ ਤਰ੍ਹਾਂ ਹੋਇਆ ਕਿਸੇ ਬੰਦੇ ਨੇ ਕਿਹਾ ਹੋਵੇ ਕਿ ਤੁਹਾਡਾ ਮੂੰਹ ਹਵਾਈ ਚੱਪਲ ਵਰਗਾ? ਨਹੀਂ, ਉਹ ਮੂੰਹ ਦੇਖ ਕੇ ਕਹਿੰਦੇ ਨੇ ਸਰ ਜੀ। ਥੈਂਕ ਯੂ ਸਰ, ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮੁਲਾਕਾਤ ਹੋਏਗੀ। ਆਪਣਾ ਬਹੁਤ ਸਾਰਾ ਖਿਆਲ ਰੱਖੇ। ਅਗਰ ਆਪ ਹਮਾਰੀ ਮਜ਼ੀਦ ਵੀਡੀਓਜ਼ ਦੇਖਣਾ ਚਾਹਤੇ ਹੈ ਤੋ ਹਮਾਰਾ ਚੈਨਲ ਸਬਸਕ੍ਰਾਈਬ ਕਰੇਂ ਔਰ ਬੈਲ ਆਈਕੋਨ ਦਬਾ ਦੇਂ, ਐਸੇ ਕਰਕੇ।